ਬਈ ਉੱਤੇ ਇਹਨਾਂ ਦੇ ਗੱਦੇ ਇੱਦਾਂ ਦੇ ਆ ਦੇਖਿਓ ਜਦੋਂ ਬਈ ਉਹ ਖਤਰਨਾਕ ਹੋ ਜਾਂਦਾ ਤਾਂ ਜਿਹੜੇ ਕੈਪਟਨ ਹੁੰਦੇ ਨੇ ਸ਼ਿਪ ਦੇ ਉਹਦੇ ਲਈ ਇੱਕ ਵਰਡ ਯੂਜ਼ ਕਰਦੇ ਨੇ ਡਰੇਕ ਸ਼ੇਕ, ਮਤਲਬ ਉਹ ਸ਼ੇਕ ਕਰਦਾ ਬਹੁਤ ਜ਼ਿਆਦਾ। ਖਾਣਾ ਹਾਲੇ ਮੈਂ ਖਾ ਰਿਹਾ ਸੀਗਾ ਤੇ ਮੈਂ ਕਿਹਾ ਤੁਹਾਨੂੰ ਇੱਕ ਹੋਰ ਮੈਂ ਚੀਜ਼ ਦਿਖਾ ਰਿਹਾ ਬਈ, ਜਿਵੇਂ ਉਛਵਾਇਆ ਜਿਹੜਾ ਨਾ ਰਾਤ ਦੇ 3 ਵਜ ਰਹੇ ਆ, ਸੌਂ ਕੇ ਉੱਠਾ, ਲਹਿਰਾਂ ਦੇਖੋ ਕਿੰਨੀਆਂ ਤੇਜ਼ ਆ, ਥੋੜੀਆਂ ਥੋੜੀਆਂ ਦਿਖ ਰਹੀਆਂ ਹੋਣੀਆਂ, ਉਹ ਪਾਣੀ ਜਿਵੇਂ ਪੈ ਰਿਹਾ ਦੇਖੋ। ਇਹ ਵੈਕਿਊਮ ਕਰ ਰਹੇ ਆ, ਇੱਕ ਵਾਰੀ ਖਾ ਕੇ ਕੰਮ ਖਤਮ ਕਰੋ। ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਕਰਦੇ ਹਾਂ ਅੰਟਾਰਟਿਕਾ ਟ੍ਰਿਪ ਦੀ ਦੂਜੀ ਵੀਡੀਓ ਦੇ ਵਿੱਚ ਜਾਂ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ। ਅਤੇ ਮੈਂ ਇਸ ਟਾਈਮ ਅੰਟਾਰਟਿਕਾ ਟ੍ਰਿਪ ਲਈ ਬਈ ਨਿਕਲ ਚੁੱਕਿਆ, ਪਿੱਛੇ ਮੇਰੇ ਰਹਿ ਗਿਆ ਉਛਵਾਇਆ ਸ਼ਹਿਰ, ਅਤੇ ਹੁਣ ਆਪਾਂ ਚੱਲਦੇ ਹਾਂ ਅਗਲੇ ਪਾਸੇ ਦਿਖਾਉਂਦੇ ਹਾਂ। ਹਾਲੇ ਤੱਕ ਥੋੜ੍ਹਾ ਇੰਟਰਨੈਟ ਆ ਰਿਹਾ, ਇਸ ਤੋਂ ਬਾਅਦ ਇੰਟਰਨੈਟ ਨਹੀਂ ਆਉਣ ਵਾਲਾ 10 ਦਿਨ ਤੱਕ ਬਈ। ਇਸ ਵੀਡੀਓ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੂਗਾ ਬਈ ਸ਼ਾਮ ਦਾ ਕੀ ਮਾਹੌਲ ਹੈ ਕਰੂਜ਼ ਦੇ ਉੱਤੇ, ਅਤੇ ਬਈ ਆਪਾਂ ਖਤਰਨਾਕ ਡਰੇਕ ਪਾਸਿਸ, ਜਿਹਨੂੰ ਸਭ ਤੋਂ ਜ਼ਿਆਦਾ ਖਤਰਨਾਕ ਮੰਨਿਆ ਜਾਂਦਾ ਕਿ ਉੱਥੇ ਬਹੁਤ ਤੇਜ਼ ਤੇਜ਼ ਲਹਿਰਾਂ ਹੁੰਦੀਆਂ ਨੇ। ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਉਹ ਦਿਖਾਉਣ ਦੀ ਕੋਸ਼ਿਸ਼ ਕਰਾਂਗੇ। ਹੁਣ ਲਹਿਰਾਂ ਖਤਰਨਾਕ ਹੁੰਦੀਆਂ ਨੇ ਨਹੀਂ ਹੁੰਦੀਆਂ ਨੇ ਉਹਦੇ ਬਾਰੇ ਪਤਾ ਨਹੀਂ, ਮੈਂ ਤਾਂ ਇਹੀ ਚਾਹ ਰਿਹਾ, ਦਿਲ 'ਚ ਚਾਹ ਰਿਹਾ ਵੀ ਨਾ ਹੋਣ ਖਤਰਨਾਕ, ਕਿਉਂਕਿ ਕਹਿੰਦੇ ਬਈ ਤਸੱਲੀ ਕਰਾ ਦਿੰਦੀਆਂ ਨੇ ਉਹ ਲਹਿਰਾਂ ਜੇ ਖਤਰਨਾਕ ਹੋਣ ਤਾਂ। ਅਤੇ ਪਰ ਹਾਂ, ਆਪਾਂ ਉਸ ਪਾਸਿਸ ਵਿੱਚ ਦੀ ਲੰਘਾਂਗੇ ਅਤੇ ਉਹ ਤੁਹਾਨੂੰ ਦਿਖਾਉਂਦੇ ਹੋਏ ਜਾਵਾਂਗੇ। ਫਿਲਹਾਲ ਜਿਹੜਾ ਕਰੂਜ਼ ਆ ਬਈ ਉਹ ਉਛਵਾਇਆ ਸ਼ਹਿਰ, ਅਰਜਨਟੀਨਾ ਦੁਨੀਆ ਦੇ ਆਖਰੀ ਸ਼ਹਿਰ ਤੋਂ ਜਿਹੜਾ ਸਾਊਥ ਅਮੈਰੀਕਨ ਕੰਟੀਨੈਂਟ 'ਤੇ ਪੈਂਦਾ, ਬਿਲਕੁਲ ਸਾਊਥ ਮੋਸਟ ਸਿਟੀ ਆ, ਉੱਥੋਂ ਨਿਕਲ ਚੁੱਕਿਆ ਅਤੇ ਇਹ ਜਾਊਗਾ ਬਈ ਕਰੂਜ਼, ਲਗਭਗ 2-2.5 ਦਿਨ ਲਾਊਗਾ ਅਤੇ ਪਹੁੰਚੂਗਾ ਦੁਨੀਆ ਦੇ 7ਵੇਂ ਕੰਟੀਨੈਂਟ ਅੰਟਾਰਟਿਕਾ 'ਤੇ ਬਈ। ਹੁਣ ਪਹਿਲਾਂ ਹੀ ਬਾਏ ਬਾਏ ਕਹਿ ਚੁੱਕੇ ਹਾਂ ਆਪਾਂ ਪਿਛਲੀ ਵੀਡੀਓ ਦੇ ਵਿੱਚ, ਅਤੇ ਅਗਲੀ ਵੀਡੀਓ ਹੁਣ 10 ਦਿਨ ਤੱਕ ਆਪਾਂ ਇੱਥੇ ਹੀ ਹਾਂ। ਓਬਵੀਅਸ ਜੀ ਗੱਲ ਆ, 10-12 ਵੀਡੀਓਜ਼ ਤਾਂ 10 ਦਿਨ 'ਚ, ਵੈਸੇ 10 ਹੀ ਵੀਡੀਓ ਯਾਰ, ਮੈਂ ਇੱਕ ਦਿਨ 'ਚ ਇੱਕ ਹੀ ਵੀਡੀਓ ਬਣਾ ਸਕਦਾ। ਅਤੇ ਚਲੋ ਹੁਣ ਆਪਾਂ ਚੱਲਦੇ ਹਾਂ, ਆਪਾਂ 6ਵੇਂ ਫਲੋਰ 'ਤੇ ਹਾਂ ਸ਼ਾਇਦ, ਹਾਂ 5ਵੇਂ 'ਤੇ ਹਾਂ ਬਈ। ਹੁਣ ਅਸੀਂ ਅਗਲੇ ਪਾਸੇ ਜਾਵਾਂਗੇ ਵੀ ਕੀ ਮਾਹੌਲ ਹੈ, ਕਿਉਂਕਿ ਉੱਥੋਂ ਵੀ ਕੁਛ ਸ਼ਾਨਦਾਰ ਨਜ਼ਾਰਾ ਦੇਖ ਰਿਹਾ ਹੋਊਗਾ, ਕਿ ਹਾਲੇ ਤਾਂ ਬਈ ਨਾ ਇੱਕ ਮਤਲਬ ਨੇੜੇ ਤੇੜੇ ਚੱਲਦਾ ਰਹੂਗਾ ਜਿੱਥੋਂ ਆਪਾਂ ਨੂੰ ਧਰਤੀ ਨਜ਼ਰ ਆਉਂਦੀ ਰਹੂਗੀ। ਲੇਕਿਨ ਜਦੋਂ ਬਈ ਆਪਾਂ ਕ੍ਰੋਸ ਕਰ ਜਾਂਗੇ, ਥੋੜ੍ਹਾ ਦੂਰ ਚੱਲ ਜਾਂਗੇ, ਉਦੋਂ ਇੰਟਰਨੈਟ ਤਾਂ ਖੈਰ ਹੁਣੇ ਥੋੜ੍ਹੀ ਦੇਰ ਤੱਕ ਚੱਲ ਜੂਗਾ, ਫਿਰ ਦੂਰ ਦੂਰ ਤੱਕ ਬਈ ਧਰਤੀ ਦਿਖਣੀ ਵੀ ਬੰਦ ਹੋ ਜੂਗੀ। ਆ ਗਿਆ ਬਈ ਵਾਟਰਸ ਐਜ, ਅਤੇ ਚਲੋ ਚੱਲੀਏ ਹੁਣ ਆਪਾਂ ਬਾਹਰ ਨੂੰ। ਇੱਧਰ ਨੂੰ ਖੁੱਲੂਗਾ ਵੀ, ਬਹੁਤ ਤੇਜ਼ ਚੱਲ ਰਹੀ ਹੈ ਬਈ ਹਵਾ ਇੱਥੇ, ਧੇਰੀ ਨੂੰ, ਇਹ ਤਾਂ ਬਾਹਰ ਨੂੰ ਜਾਂਦਾ। ਓਏ ਹੋਏ 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 ਬਈ, ਸ਼ਿਨ 'ਤੇ ਵੱਜ ਗਿਆ ਮੇਰੇ, ਬਹੁਤ ਤੇਜ਼ ਚੱਲ ਰਹੀ ਹਵਾ ਐਕਚੁਅਲੀ ਉਨੀ ਹੋਊਗੀ, ਪਰ ਹੁਣ ਕਰੂਜ਼ ਸ਼ਿਪ ਵੀ ਤਾਂ ਆਪਦੀ ਸਪੀਡ ਨਾਲ ਜਿਹੜੀ ਚੱਲ ਰਹੀ ਹੈ, ਔਰ ਉਹ ਵਾਲਾ ਜਿਹੜਾ ਬਈ ਉਹ ਵੀ ਅੰਟਾਰਟਿਕਾ ਜਾ ਰਿਹਾ, ਉਹਨੂੰ ਟਰੈਕ ਕੀਤਾ ਸੀਗਾ ਮੈਂ ਹੁਣੇ ਹੁਣੇ। ਇੱਕ ਸ਼ਿਪਸ ਨੂੰ ਵੀ ਤੁਸੀਂ ਟਰੈਕ ਕਰ ਸਕਦੇ, ਇੱਕ ਵੈਬਸਾਈਟ ਆ, ਕੀ ਮੈਂ ਭੁੱਲ ਗਿਆ ਨਾ ਉਹਦਾ, ਹੁਣੇ ਹੁਣੇ ਨਵਨਕੁਰ ਬਾਈ ਨੇ ਦੱਸਿਆ ਸੀਗਾ। ਅਤੇ ਉਹ ਬਈ ਪਿੱਛੇ ਰਹਿ ਗਿਆ ਸ਼ਹਿਰ ਤਾਂ, ਹੁਣ ਆ ਸਾਰੇ ਪਹਾੜ ਆ ਗਏ, ਸ਼ਾਇਦ ਥੋੜ੍ਹੇ ਦੂਰ ਤੱਕ ਇੱਧਰਲੇ ਪਾਸੇ ਸਾਨੂੰ ਚਿੱਲੀ ਵੀ ਦਿਸੂਗਾ, ਪਰ ਚਿੱਲੀ ਤੋਂ ਇੱਦਾਂ ਮੁੜ ਜਾਊਗਾ ਇਹ। ਹੁਣ ਤਾਂ ਮਤਲਬ ਕੀ ਚਿੱਲੇ ਅਤੇ ਕੀ ਕੁਛ, ਵੈਸੇ ਬਈ ਇੱਥੋਂ ਆਉਣ ਲਈ ਮੇਰੀ ਕੋਈ ਇਹਨਾਂ ਨੇ ਐਗਜ਼ਿਟ ਸਟੈਂਪ ਨਹੀਂ ਮਾਰੀ, ਕਿਉਂਕਿ ਇਹ ਕਰੂਜ਼ ਅਰਜਨਟੀਨਾ ਤੋਂ ਚੱਲ ਕੇ ਸਾਨੂੰ ਅਰਜਨਟੀਨਾ ਹੀ ਛੱਡੂਗਾ, ਇਹਨਾਂ ਦੀ ਗਰੰਟੀ ਹੈ। ਖੈਰ ਅੰਟਾਰਟਿਕਾ ਦਾ ਕੋਈ ਵੀ ਰਹਿ ਸਕਦਾ, ਸੋ ਮੇਰੇ ਐਗਜ਼ਿਟ ਸਟੈਂਪ ਕੋਈ ਪਾਸਪੋਰਟ 'ਤੇ ਨਹੀਂ ਲੱਗੀ ਬਈ। ਲਾਈਬੇਰੀਆ 'ਚ ਰਜਿਸਟਰਡ ਕਰੂਜ਼ ਆ, ਜਿਵੇਂ ਉਹ ਚੱਲਿਆ ਉਹ ਤੋਂ 2-4-5 ਮਿੰਟ ਬਾਅਦ ਹੀ ਸਾਡਾ ਕਰੂਜ਼ ਜਿਹੜਾ ਚੱਲ ਪਿਆ। ਇੱਥੋਂ ਜਦੋਂ ਆਪਾਂ ਨਿਕਲ ਜਾਵਾਂਗੇ, ਮਤਲਬ ਚਿੱਲੇ ਦਾ ਬਾਰਡਰ ਚਿੱਲੇ ਆ ਜੂਗਾ ਅਤੇ ਇੱਧਰ ਅਰਜਨਟੀਨਾ ਆ ਜੂਗਾ, ਅਤੇ ਇੱਥੇ ਬਈ ਜਦੋਂ ਆਪਾਂ ਇਸ ਨੂੰ ਮਤਲਬ ਪੂਰਾ ਇਹ ਜਿਹੜੀ ਧਰਤੀ ਦੇਖਣੋਂ ਹਟ ਜੂਗੀ, ਮਤਲਬ ਪਹਾੜ, ਤਾਂ ਇੱਕ ਪਾਸੇ ਪੈਸੀਫਿਕ ਓਸ਼ਨ ਆ ਜੂਗਾ, ਇੱਕ ਪਾਸੇ ਅਟਲਾਂਟਿਕ ਓਸ਼ਨ ਆ ਜੂਗਾ ਮਤਲਬ, ਅਤੇ ਇੱਕ ਪਾਸੇ ਸਦਰਨ ਓਸ਼ਨ ਜਿਹੜਾ ਆ ਜੂਗਾ, ਅਤੇ ਉਸ ਤੋਂ ਬਾਅਦ ਤਾਂ ਫਿਰ ਬਈ ਅੰਟਾਰਟਿਕਾ ਹੀ ਹੈ। ਤੋ ਤਿੰਨਾਂ ਦੇ ਵਿਚਾਲੇ ਦਾ ਜਿਹੜਾ ਪਾਸੇਜ ਹੈ ਨਾ ਬਈ, ਉਹਨੂੰ ਕਹਿੰਦੇ ਡਰੇਕ ਪਾਸਿਸ, ਔਰ ਉਹ ਡਰੇਕ ਪਾਸਿਸ ਆ, ਜਦੋਂ ਮਤਲਬ ਉਹ ਬਿਲਕੁਲ ਸ਼ਾਂਤ ਹੁੰਦਾ ਤਾਂ ਉਹਨਾਂ ਨੂੰ ਡਰੇਕ ਲੇਕ ਕਹਿੰਦੇ ਆ, ਕਿਉਂਕਿ ਬਈ ਉਹ ਬਿਲਕੁਲ ਸ਼ਾਂਤ ਰਹਿੰਦਾ। ਜਦੋਂ ਬਈ ਉਹ ਖਤਰਨਾਕ ਹੋ ਜਾਂਦਾ ਤਾਂ ਜਿਹੜੇ ਕੈਪਟਨਸ ਹੁੰਦੇ ਨੇ ਸ਼ਿਪ ਦੇ, ਉਹਦੇ ਲਈ ਇੱਕ ਵਰਡ ਯੂਜ਼ ਕਰਦੇ ਨੇ ਡਰੇਕ ਸ਼ੇਕ, ਮਤਲਬ ਵੀ ਉਹ ਸ਼ੇਕ ਕਰਦਾ ਬਹੁਤ ਜ਼ਿਆਦਾ। ਤੋ ਮੰਨਿਆ ਜਾਂਦਾ ਕਿ ਦੁਨੀਆ ਦਾ ਸਭ ਤੋਂ ਖਤਰਨਾਕ ਪਾਸੇਜ ਹੈ, ਇੱਦਾਂ ਕਈ ਸਾਰੇ ਨੇ, ਜਾਂ ਇੱਦਾਂ ਕਹਿ ਲਓ ਕਿ ਦੁਨੀਆ ਦੇ ਸਭ ਤੋਂ ਖਤਰਨਾਕ ਪਾਸਿਸ ਦੇ ਵਿੱਚੋਂ ਇੱਕ ਪਾਸੇਜ ਆ ਉਹ, ਤਾਂ ਜ਼ਿਆਦਾ ਜ਼ਰੂਰੀ ਨਹੀਂ ਹੁੰਦਾ ਕਿ ਉਹ ਹਰ ਵਾਰੀ ਖਤਰਨਾਕ ਹੋਵੇ, ਬਹੁਤ ਵਾਰ ਉਹ ਨੋਰਮਲ ਹੁੰਦਾ, ਕਹਿੰਦੇ ਪਤਾ ਵੀ ਨਹੀਂ ਲੱਗਦਾ ਕਿ ਤੁਸੀਂ ਡਰੇਕ ਪਾਸਿਸ ਤੋਂ ਲੰਘੇ ਹੋ, ਕਿਉਂਕਿ ਤਿੰਨੋਂ ਜਿਹੜੇ ਸਮੁੰਦਰ ਆ ਆਪਸ ਦੇ ਵਿੱਚ ਮਤਲਬ ਉੱਥੇ ਜਿਹੜਾ ਮਿਲਦੇ ਨੇ ਆ ਕੇ, ਅੰਟਲਾਂਟਿਕ ਓਸ਼ਨ, ਪੈਸੀਫਿਕ ਓਸ਼ਨ, ਸਾਊਥ ਅੰਟਲਾਂਟਿਕ, ਸਾਊਥ ਪੈਸੀਫਿਕ ਅਤੇ ਸਾਊਥ ਸਦਰਨ ਓਸ਼ਨ ਜਿਹੜਾ ਉੱਥੇ ਮਿਲਦੇ ਨੇ। ਪਰ ਜ਼ਰੂਰੀ ਨਹੀਂ ਹੁੰਦਾ ਕਿ ਉਹ ਹਮੇਸ਼ਾ ਹੀ ਇੱਦਾਂ ਮਤਲਬ ਹਿਲਜੁਲ ਹੋਵੇ, ਕਈ ਵਾਰ ਨਹੀਂ ਵੀ ਹੁੰਦੀ ਅਤੇ ਕਈ ਵਾਰ ਹੁੰਦੀ ਹੈ। ਹੁਣ ਇਹ ਦੇਖਣਾ ਹੈ ਕਿ ਆਪਾਂ ਜਦੋਂ ਉਹਨੂੰ ਕ੍ਰੋਸ ਕਰਾਂਗੇ ਤਾਂ ਆਪਣੇ ਵਾਰੀ ਉਹ ਡਰੇਕ ਸ਼ੇਕ ਬਣਦਾ ਜਾਂ ਡਰੇਕ ਲੇਕ ਬਣਦਾ, ਦੇਖਦੇ ਹਾਂ। ਅਤੇ ਨਾਲੇ ਘੁੰਮਦੇ ਹਾਂ ਸ਼ਿਪ ਦੇ ਨਜ਼ਾਰੇ ਦੇਖਦੇ ਹਾਂ, ਉੱਤੇ ਬਹੁਤ ਸਾਰੇ ਲੋਕ ਬੈਠੇ ਹੋਏ ਨੇ ਜਿਹੜੇ ਕਿ ਵੀ ਬਾਹਰ ਦੇ ਵਿੱਚ ਦਾਰੂ ਪੀ ਕੇ, ਅਤੇ ਉਹ ਤਾਂ ਇਸ ਵਿਊ ਦਾ ਆਨੰਦ ਮਾਣ ਰਹੇ ਨੇ, ਅਤੇ ਆਪਾਂ ਇੱਦਾਂ ਹੀ ਇਸ ਵਿਊ ਦਾ ਆਨੰਦ ਮਾਣਾਂਗੇ। ਭੁੱਖ ਲੱਗੀ ਹੋਈ ਸੀਗੀ ਪਰ ਥੋੜ੍ਹਾ ਬਹੁਤ ਮੈਂ ਕੁਛ ਖਾ ਲਿਆ ਸੀਗਾ। ਸ਼ਾਮ ਨੂੰ 7:30 ਵਜੇ ਡਿਨਰ ਸ਼ੁਰੂ ਹੋਊਗਾ,
ਤੇ ਇੱਥੇ ਕਈ ਸਾਰੇ ਇੰਡੀਅਨਸ ਹੈਗੇ ਨੇ, ਮਤਲਬ 5-6 ਇੰਡੀਅਨਸ ਨੇ ਜਿਹੜੇ ਕਰਿਊ ਮੈਂਬਰਸ ਨੇ। ਬਾਈ ਵੀ ਇੱਥੇ ਮੈਨੂੰ ਲੱਗਦਾ ਕੁਛ ਕਰਨ ਆਇਆ, ਪਤਾ ਨਹੀਂ ਕੀ ਆਹ ਝੰਡਾ ਬਈ, ਇਹ ਤਾਂ ਇਹਨਾਂ ਦਾ ਆਪਦਾ ਸ਼ਿਪ ਦਾ, ਉੱਤੇ 1-2 ਲੱਗੇ ਹੋਏ ਨੇ। ਅਤੇ ਬਾਕੀ ਵੀ ਠੰਡ ਬਹੁਤ ਜ਼ਿਆਦਾ ਲੱਗ ਰਹੀ ਹੈ, ਕਿਉਂਕਿ ਇੱਕ ਤਾਂ ਉੱਦਾਂ ਹੀ ਹਵਾ ਇੱਥੇ ਠੰਡੀ ਚੱਲਦੀ ਰਹਿੰਦੀ ਹੈ, ਦੇਖੋ ਪਹਾੜਾਂ 'ਤੇ ਬਰਫ਼ ਹੈ ਇੱਥੇ, ਅਤੇ ਬਾਕੀ ਬਈ ਅੰਟਾਰਟਿਕਾ ਵਾਲੇ ਪਾਸੇ ਬਾਰਾ ਬਹੁਤਾ ਦੂਰ ਨਹੀਂ ਹੈ, ਤਾਂ 900,000 ਕਿਲੋਮੀਟਰ ਹੀ ਹੈ, ਤਾਂ ਬਈ ਠੰਡਾ ਹੀ ਠੰਡਾ, ਠੰਡੀ ਹਵਾ ਆ ਰਹੀ ਹੈ ਅਤੇ ਉੱਤੋਂ ਇਹ ਚੱਲ ਰਹੀ ਹੈ। ਇਹ ਸਾਨੂੰ ਇੱਕ ਜੈਕਟ ਦੇਣਗੇ, ਜੈਕਟ ਦਾ ਕਿਆ ਬੋਲ ਰਹੇ ਸੀ ਇਹ? ਕੱਲ੍ਹ ਦੇਂਗੇ ਆਪਕੋ ਫਿੱਟ ਵਿਟ ਕਰਾਏਂਗੇ ਪਹਿਲੇ। ਅੱਛਾ, ਤੁਹਾਨੂੰ ਫਿੱਟ ਕਰਾਉਂਗੇ, ਜੋਨ ਸੀ ਜੂਨ ਸੀ ਸਾਈਜ਼ ਜਿਹੜੀ ਤੁਹਾਨੂੰ ਆਊਗੀ, ਤੁਹਾਨੂੰ ਆਊਗੀ ਉਹ ਲੈ ਲਿਓ, ਫਿਰ ਮੌਜ ਕਰਿਓ। ਬਈ ਖੁਸ਼ੀ ਬਹੁਤ ਜ਼ਿਆਦਾ ਹੋ ਰਹੀ ਹੈ, ਮੈਂ ਦੱਸ ਨਹੀਂ ਸਕਦਾ ਤੁਹਾਨੂੰ ਸਾਨੂੰ ਕਿੰਨੀ ਖੁਸ਼ੀ ਹੈ, ਕਿਉਂਕਿ ਵੀ ਸੋਚਿਆ ਨਹੀਂ ਸੀ ਕਦੇ ਕਿ ਬਈ ਅੰਟਾਰਟਿਕਾ ਵੀ ਜਾਵਾਂਗੇ ਜਾਂ ਕਦੇ, ਮਤਲਬ ਹਾਂ ਵੈਸੇ ਇੱਕ ਸੁਪਨਾ ਸੀਗਾ, ਪਰ ਬਈ ਉਹ ਸੁਪਨਾ ਤੁਹਾਡੇ ਸਾਰਿਆਂ ਕਰਕੇ ਪੂਰਾ ਹੋਣ ਜਾ ਰਿਹਾ ਬਈ, ਤਾਂ ਤੁਹਾਡਾ ਬਹੁਤ ਬਹੁਤ ਥੈਂਕ ਯੂ ਹੈ। ਅਤੇ ਹਾਂ ਬਈ, ਆਪਾਂ ਅੰਟਾਰਟਿਕਾ ਪਹੁੰਚਾਂਗੇ ਬਸ, ਸੁਖੀ ਸਾਂਦੀ ਹੈ ਟ੍ਰੇਨ, ਸੋਰੀ ਟ੍ਰੇਨ ਕਹਿ ਰਿਹਾ, ਇਹ ਸ਼ਿਪ ਜਾਵੇ, ਇਹ ਸਾਡਾ ਰੂਮ ਹੈ ਬਈ, ਫਿਲਹਾਲ ਨਹੀਂ ਜਾ ਰਹੇ ਇੱਥੇ, ਥੋੜ੍ਹਾ ਹੋਰ ਇੱਧਰ ਉੱਧਰ ਦੇਖਦੇ ਹਾਂ ਕੀ ਨਜ਼ਾਰੇ ਚੱਲ ਰਹੇ ਆ, ਫਿਰ ਹੀ ਜਾਵਾਂਗੇ। ਰੂਮ 'ਚ ਜਾਣ ਦਾ ਹਾਲੇ ਬਿਲਕੁਲ ਦਿਲ ਨਹੀਂ ਕਰ ਰਿਹਾ, ਇਹਦੇ 'ਚ ਕੀ ਆ ਬਈ, ਅੱਛਾ ਇਹ ਤਾਂ ਟੋਵਲ ਵਗੈਰਾ ਉਹ ਸਾਰਾ ਕੁਛ ਹੈ, ਇਹ ਆ ਸਾਰਾ ਕੁਛ ਤਾਂ 24 ਘੰਟੇ ਚੱਲਦਾ ਰਹੂਗਾ ਜਿਹੜਾ ਇੱਧਰਲੇ ਪਾਸੇ, ਉੱਧਰ ਵੀ ਇੱਕ ਉਹ ਚੱਲ ਰਿਹਾ ਸੀਗਾ ਹੌਟ ਚੋਕਲੇਟ ਵਗੈਰਾ, ਮੈਨੂੰ ਵਧੀਆ ਨਹੀਂ ਲੱਗਿਆ ਸੀ, ਮੈਂ ਪਹਿਲਾਂ ਲਿਆ ਸੀਗਾ, ਅਤੇ ਇੱਧਰ ਵੀ ਮੈਨੂੰ ਲੱਗਦਾ ਸਾਰਾ ਕੁਛ ਚੱਲਦਾ ਹੀ ਰਹੂਗਾ। ਹੈਲੋ, ਜੇ ਕੁਛ ਹੋਇਆ ਤਾਂ ਆਪਾਂ ਲੈ ਲਾਂਗੇ, ਨਹੀਂ ਸ਼ਾਇਦ ਹੈ ਨਹੀਂਗਾ ਵੀ, ਹੁਣ ਸਭ ਕੁਛ ਚੱਕਦਾ ਇਹਨਾਂ ਨੇ ਇੱਥੋਂ, ਉਹ ਦੇਖੋ ਵੀ ਇਹਨਾਂ ਨੇ ਉੱਥੇ ਕਿਸੇ ਵਲੋਗਰ ਦੀ ਵੀਡੀਓ ਚਲਾ ਰੱਖੀ ਆ ਜਾਂ ਇਹਨਾਂ ਨੇ ਆਪ ਹੀ ਬਣਵਾਈ ਹੋਊਗੀ ਉਹ ਤਾਂ। ਬਸ ਬਾਈ, 2 ਦਿਨ ਬਾਅਦ ਆਪਾਂ ਵੀ ਪਹੁੰਚ ਜਾਵਾਂਗੇ ਉੱਥੇ, ਇਹ ਤਾਂ ਖੈਰ ਇਹਨਾਂ ਨੇ ਆਪ ਸ਼ਾਇਦ ਇਹਦੀ ਸ਼ੂਟ ਕਰਵਾਈ ਹੋਊਗੀ ਅਤੇ ਉਹ ਚਲਾ ਰੱਖੀ ਹੈ। Next to the North Pole in a place called Svalbard, and good evening, my name is Zoe, I'm from China. ਤੇ ਹੁਣ ਦਿਖਾ ਰਹੇ ਆ ਸਾਰੇ, ਪਹਿਲਾਂ ਉਹਦਾ ਇੰਟਰੋਡਕਸ਼ਨ ਕਰਕੇ ਗਏ ਕਰੂ ਮੈਂਬਰ ਵੀ ਕਿੱਥੋਂ ਕਿੱਥੋਂ ਅਸੀਂ, ਅਤੇ ਆਹ ਪੈਂਗੁਇਨਸ ਦਿਖਾ ਰਹੇ ਆ, ਸਭ ਤੋਂ ਵੱਡੇ ਵਾਲੇ ਜਿਹੜੇ ਹੁੰਦੇ ਆ, ਇਹ ਵੀ ਆਪਾਂ ਨੂੰ ਦੇਖਣ ਨੂੰ ਮਿਲਣਗੇ। ਇੱਕ ਤਰ੍ਹਾਂ ਦੀ ਇੰਟਰੋਡਕਸ਼ਨ ਚੱਲ ਰਹੀ ਹੈ, ਸਾਰਾ ਕੁਝ ਦਿਖਾ ਰਿਹਾ ਇੱਥੇ, ਅਤੇ ਦੇਖ ਰਹੇ ਹਾਂ ਬਸ ਬੈਠੇ ਹੋਏ ਆਪਾਂ ਅਤੇ ਬਾਕੀ ਸਾਰੇ ਲੋਕ। ਆ ਗਏ ਹੁਣ ਆਪਾਂ ਬਾਹਰ ਆਡੀਟੋਰੀਅਮ ਤੋਂ, ਥੱਲੇ ਆਡੀਟੋਰੀਅਮ ਬਣਿਆ ਹੋਇਆ ਸੀਗਾ, ਅਤੇ ਹੁਣ ਚੱਲਦੇ ਹਾਂ ਬਈ ਆਪਾਂ। ਜਿਹੜਾ ਸਾਡਾ ਬਈ ਰੂਮ ਵਾਲਾ ਹੈਗਾ ਨਾ ਪ੍ਰਕਾਸ਼ ਬਾਈ ਆ, ਉਹ ਮੋਰੀਸ਼ੀਅਸ ਤੋਂ ਆਇਆ, ਅਨਕੁਰ ਬਾਈ ਨੂੰ ਮਿਲਿਆ ਸੀਗਾ, ਉਹ ਕਹਿੰਦਾ ਮੇਰਾ ਦਾਦਾ ਜਾਂ ਪੜਦਾਦਾ ਹੋਊਗਾ ਬਈ ਇੰਡੀਆ ਤੋਂ, ਕਹਿੰਦਾ ਮੈਂ ਨਹੀਂ ਹੈਗਾ, ਕਹਿੰਦਾ ਨਾ ਇੰਡੀਅਨ ਵਾਲਾ ਸੀਗਾ ਤਾਂ ਕਰਕੇ ਸਾਨੂੰ ਲੱਗਿਆ ਸੀਗਾ। ਅਤੇ ਕਹਿੰਦੇ ਨੇ ਗੇਮ ਵੀ ਖੇਡ ਸਕਦੇ ਹੋ ਤੁਸੀਂ ਇੱਥੇ, ਉਹ ਗੇਮ ਦੇ ਵਿੱਚ ਕੀ ਹੈ ਕਿ ਸਵੇਰੇ ਜਿਵੇਂ ਇਹ ਕਹਿੰਦੇ ਵੀ ਆਈਸਬਰਗ ਦੇਖਣਗੇ ਸਵੇਰੇ, ਅਰਲੀ ਮਾਰਨਿੰਗ 6 ਵਜੇ, 7 ਵਜੇ, 8 ਵਜੇ, ਕਿੰਨੇ ਵਜੇ ਵੀ ਦੇਖ ਸਕਦੇ ਆ। ਅਤੇ ਉਹ ਕਹਿੰਦੇ ਤੁਸੀਂ ਇੱਕ ਫੋਰਮ ਹੈ, ਫੋਰਮ ਦੇ ਉੱਤੇ ਭਰਨਾ ਵੀ ਕਿੰਨੇ ਵਜੇ ਆਈਸਬਰਗ ਦਿਖੂਗਾ, ਅਤੇ ਜਿਹੜਾ ਜਿਹਦਾ ਕਰੈਕਟ ਹੋਊਗਾ ਅਤੇ ਉਹਦਾ ਉਹ ਉੱਥੇ ਕਹਿੰਦੇ ਜਿਹੜਾ ਵਿਨਰ ਹੋਊਗਾ ਉਹਦਾ ਨਾਂ ਬੋਲਾਂਗੇ, ਕਹਿੰਦੇ ਅਸੀਂ ਉੱਥੇ ਵੀ ਹਾਂ ਬਈ ਇਸ ਬੰਦੇ ਨੇ ਸਹੀ ਗੈਸ ਕੀਤਾ ਸੀਗਾ, ਅਤੇ ਆਪਾਂ ਵੀ ਉਹ ਗੇਮ ਖੇਡਾਂਗੇ, ਜਦੋਂ ਫੋਰਮਸ ਭਰਾਉਣਗੇ ਅਤੇ ਆਪਾਂ ਵੀ ਉਹ ਫੋਰਮ ਭਰਾਂਗੇ, ਅਤੇ ਆਪਾਂ ਆਪਦੇ ਗੈਸ ਦੇ ਹਿਸਾਬ ਨਾਲ ਉੱਥੇ ਟਾਈਮ ਲਿਖਾਂਗੇ। ਅਤੇ ਕੁਛ ਨਾ ਕੁਛ ਅਨਾਊਂਸਮੈਂਟ ਕਰਦੇ ਰਹਿੰਦੇ ਆ ਵੀ ਪਤਾ ਨਹੀਂ ਕੀ ਕਰ ਰਹੇ, ਚਲੋ ਬਹਿੰਦੇ ਹਾਂ ਇੱਥੇ ਥੋੜ੍ਹੀ ਦੇਰ। ਹੁਣ ਅਨਾਊਂਸਮੈਂਟ ਹੋ ਰਹੀ ਸੀ ਨਾ, ਉਹ ਇਹ ਦੱਸ ਰਹੇ ਸੀ ਵੀ ਜਦੋਂ ਡਰੇਕ ਪਾਸਿਸ ਦੇ ਵਿੱਚ ਆਉਂਗੇ ਤਾਂ ਉੱਥੇ ਵੀ ਤੁਸੀਂ ਲਿਫਟ ਵੀ ਯੂਜ਼ ਨਹੀਂ ਕਰਨੀ, ਮਤਲਬ ਇੰਨਾ ਖਤਰਨਾਕ ਹੁੰਦਾ ਕਿ ਬਹੁਤ ਜ਼ਿਆਦਾ ਹਿਲਦਾ ਸ਼ੇਕ ਕਰਦਾ, ਤਾਂ ਲਿਫਟ ਵੀ ਯੂਜ਼ ਨਾ ਕਰੋ। ਇੱਕ ਤਰ੍ਹਾਂ ਦਾ ਯਾਰ ਜਿਵੇਂ ਹੁਣ ਧਰਤੀ 'ਤੇ ਭੁਚਾਲ ਆਉਂਦਾ ਤਾਂ ਉਦੋਂ ਵੀ ਕਹਿੰਦੇ ਲਿਫਟ ਯੂਜ਼ ਨਾ ਕਰੋ, ਤਾਂ ਉਹਦੇ ਕਰਕੇ ਬਈ ਮਤਲਬ ਉੱਦਾਂ ਹੀ ਹੋ ਜਾਂਦਾ ਸਿਸਟਮ। ਇਹ ਕਿ 5 ਮੀਟਰ ਤੱਕ, 5 ਮੀਟਰ ਬਹੁਤ ਹੋ ਜਾਂਦੇ ਯਾਰ ਵੇਵਸ, ਕਹਿੰਦੇ ਮਤਲਬ ਉਤਲੇ ਤਲ ਤੋਂ, ਥੱਲੇ ਤਾਂ ਪਤਾ ਨਹੀਂ ਕਿੰਨੀਆਂ ਆਉਂਦੀਆਂ ਹੋਣਗੀਆਂ, ਕਿਉਂਕਿ ਅੰਦਰ ਵੀ ਤਾਂ ਵੇਵਸ ਚੱਲ ਰਹੀਆਂ ਹੁੰਦੀਆਂ ਨਾ ਬਈ, ਅਤੇ ਉਹਦੇ ਕਰਕੇ ਕਹਿੰਦੇ ਆ। ਚਲੋ ਹੁਣ ਦੇਖਦੇ ਹਾਂ, ਵੈਸੇ ਅੱਜ ਕਿਆ ਅਨਾਊਂਸਮੈਂਟ ਕਰੀ ਇਹਨਾਂ ਨੇ ਕਿ ਸ਼ਾਂਤ ਹੈ ਥੋੜ੍ਹਾ, ਕਹਿੰਦੇ ਆ ਵੀ ਸ਼ਾਂਤੀ ਹੈ, ਬਾਕੀ ਕੀ ਪਤਾ ਆਉਂਦੀ ਵਾਰ ਹੋਵੇ ਜਦੋਂ ਵੀ, ਮਤਲਬ ਚਲੋ ਲੰਘਾਂਗੇ ਤਾਂ ਆਪਾਂ ਉੱਥੋਂ ਦੀ ਉਹ, ਬਾਕੀ ਇਹ ਤਾਂ ਇੱਕ ਐਸਟੀਮੇਟ ਹੁੰਦਾ ਹੈ ਨਾ, ਅਤੇ ਉਹਦਾ ਪਤਾ ਲੱਗ ਜੂਗਾ ਹੁਣ ਜਦੋਂ ਆਪਾਂ ਉੱਥੋਂ ਦੀ ਕ੍ਰੋਸ ਕਰਾਂਗੇ ਬਈ। 7:30 ਵਜੇ ਖੁੱਲੂਗਾ ਰੈਸਟੋਰੈਂਟ, 5-10 ਮਿੰਟ ਰਹਿ ਗਏ ਅਤੇ ਆਪਾਂ ਚੱਲ ਕੇ ਬੈਠਦੇ ਹਾਂ ਉੱਥੇ। ਇੱਥੇ ਆਪਾਂ ਆ ਗਏ, ਇੱਥੇ ਕੋਈ ਵੀ ਇੱਕ ਟੇਬਲ ਚੂਜ਼ ਕਰ ਸਕਦੇ ਹੋ, ਉਹ ਬਾਈ ਸਾਨੂੰ ਆਇਆ ਬਈ ਉੱਥੋਂ ਲੈ ਕੇ, ਅਤੇ ਇਹ ਸ਼ਾਨਦਾਰ ਨਜ਼ਾਰਾ ਵੈਸੇ। ਅੱਛਾ ਹੁਣ ਪੈ ਰਿਹਾ ਪਾਣੀ, ਮੈਂ ਵੀ ਕਹਾਂ ਠੀਕ ਹੈ ਬਾਈ। ਉਹ ਦੇਖੋ ਬਈ ਜਿਵੇਂ ਕੋਈ ਆਉਂਦਾ ਸਾਰੇ ਹੈਲੋ ਹੈਲੋ ਕਰਦੇ ਆਉਂਦੇ ਆ। ਬਈ ਯਕੀਨ ਮੰਨਿਓ ਮੈਨੂੰ ਤਾਂ ਥੋੜ੍ਹੀ ਸ਼ਰਮ ਜੀ ਆ ਗਈ ਯਾਰ, ਮਤਲਬ ਇੱਦਾਂ ਅੰਦਰ ਆਇਆ 20-22 ਜਣੇ ਖੜੇ ਹੋਏ ਨੇ ਅਤੇ ਉਹ ਸਾਰੇ ਹੈਲੋ ਹੈਲੋ ਕਹਿ ਰਹੇ ਨੇ, ਮੈਂ ਹੈਲੋ ਹੈਲੋ ਬੁਲਾਇਆ, ਪਤਾ ਨਹੀਂ ਕਿਉਂ ਯਾਰ, ਮੈਨੂੰ ਨਹੀਂ ਪਤਾ ਕਿਉਂ ਪਰ ਹੋਇਆ ਮੇਰੇ ਨਾਲ ਇੱਦਾਂ। ਫਿਰ ਬਾਈ ਇੱਥੇ ਛੱਡ ਕੇ ਗਿਆ ਬਾਈ, ਕਹਿੰਦਾ ਇੱਥੇ ਬੈਠ ਜਾਓ, ਮਤਲਬ ਕਹਿੰਦਾ ਜਿਹੜਾ ਮਰਜ਼ੀ ਟੇਬਲ ਚੂਜ਼ ਕਰ ਲਓ ਤੁਸੀਂ, ਕਹਿੰਦਾ ਅਤੇ ਬੈਠ ਜਾਓ ਉੱਥੇ, ਕਹਿੰਦਾ ਜਦੋਂ ਡਿਨਰ ਸ਼ੁਰੂ ਹੋਊਗਾ ਅਤੇ ਡਿਨਰ ਕਰਾਂਗੇ। ਬਾਈ ਆ ਇੱਕ ਮੈਨਿਊ ਫੜਾ ਗਿਆ ਇਹਦੇ ਵਿੱਚ ਬਾਈ, ਕਹਿੰਦਾ ਬਹੁਤ ਸਾਰੀਆਂ ਚੀਜ਼ਾਂ ਵੈਜੀਟੇਰੀਅਨ ਨੇ ਤੁਸੀਂ, ਕਹਿੰਦਾ ਲੈ ਸਕਦੇ ਹੋ, ਇਹ ਸਟਾਰਟਰਸ ਨੇ ਕੁਛ। ਆ ਬਈ ਬ੍ਰੈਡਸ ਰੱਖ ਗਿਆ ਬਾਈ, ਉਹ ਇੱਕ ਕੈਚਅਪ ਜੀ ਰੱਖ ਗਿਆ, ਕੈਚਅਪ ਨਹੀਂ ਕਹਿ ਸਕਦੇ ਮਤਲਬ ਕੀ ਹੈ ਇਹ, ਮਾਇਨੀਜ਼ ਹੈ ਮਾਇਨੀਜ਼ ਹੈ ਜੋ ਵੀ ਹੈ।
ਤੇ ਚਲੋ ਬਈ ਦੇਖੀ ਹੁਣ ਕੀ ਕੁਛ ਹੈ ਬਈ। ਇਹ ਤਾਂ ਮੇਨ ਕੋਰਸ ਚ ਇੱਕ ਹੀ ਚੀਜ਼ ਹੈ। ਅੱਛਾ ਇੱਧਰ ਵੀ ਮੇਨ ਕੋਰਸ ਹੈ। ਅੱਛਾ ਪਲਾਂਟ ਬੇਸਡ ਹੈ। ਨਹੀਂ ਆ ਵੀ ਤਾਂ ਕੁਛ ਹੋਗਾ, ਕੁਛ ਹੋਊਗਾ, ਚਲੋ ਦੇਖਦੇ ਹਾਂ ਜੋ ਵੀ ਮਿਲਦਾ ਬਈ ਖਾਣੇ। ਪਰ ਇਹ ਮੈਨਿਊ ਤਾਂ ਬਹੁਤ ਛੋਟਾ ਜਿਹਾ ਯਾਰ, ਬਸ ਹਿਸਾਬ ਨਾਲ ਇਹ ਹੈ ਬਈ ਇੱਥੋਂ ਪੁੱਛ ਕੇ ਚਲੇ ਗਏ ਅਤੇ ਜੋ ਤੁਹਾਡਾ ਦਿਲ ਕਰਦਾ ਤੁਹਾਡੇ ਲਈ ਬਣਾ ਕੇ ਲੈ ਕੇ ਆਉਣਗੇ। ਇੱਦਾਂ ਨਹੀਂ ਵੀ ਸਾਰਾ ਕੁਛ ਉਹ ਬਣਿਆ ਹੋਇਆ ਅਤੇ ਆਪਦਾ ਲੈ ਲਓ, ਬੂਫੇ ਟਾਈਪ ਨਹੀਂ ਹੈ। ਜੋ ਤੁਸੀਂ ਔਡਰ ਕਰੋਗੇ ਉਹ ਤੁਹਾਡੇ ਲਈ ਬਣਾ ਕੇ ਲੈ ਕੇ ਆਉਣਗੇ। ਬਈ ਬਾਈ ਆ ਗਿਆ ਅਤੇ ਉਹ ਔਡਰ ਲੈ ਕੇ ਚਲਾ ਗਿਆ, ਜੂਸ ਰੱਖ ਕੇ ਚਲਾ ਗਿਆ ਬਾਈ। ਬਾਈ ਯਕੀਨ ਮੰਨਿਓ ਮੈਨਿਊ ਦੇ ਵਿੱਚ ਕੁਛ ਸਮਝ ਨਹੀਂ ਆ ਰਿਹਾ ਸੀ, ਪਤਾ ਨਹੀਂ ਅਲੱਗ ਹੀ ਤਰੀਕੇ ਦੇ ਨਾਮ ਲਿਖੇ ਹੋਏ ਸੀ। ਬੜਾ ਸਮਝ ਸਮਝ ਕੇ ਮੈਂ ਔਡਰ ਕੀਤਾ ਬਾਈ ਨੂੰ। ਬਾਈ ਕਹਿੰਦਾ ਫਿਸ਼ ਲੈ ਕੇ ਆ ਜਾ, ਮੈਂ ਕਿਹਾ ਨਹੀਂ ਯਾਰ ਮੈਂ ਵੈਜੀਟੇਰੀਅਨ ਹਾਂ। ਚਲੋ ਔਡਰ ਕਰਦਾ ਮੈਂ, ਪਤਾ ਨਹੀਂ ਮੈਂ ਤਾਂ ਆਪ ਭੁੱਲ ਗਿਆ ਮੈਂ ਕੀ ਕੁਛ ਔਡਰ ਕੀਤਾ, ਜਦੋਂ ਆਜੂਗਾ ਉਦੋਂ ਹੀ ਪਤਾ ਲੱਗੂਗਾ ਬਾਈ। ਪਰ ਮੇਨ ਕੋਰਸ ਦੇ ਵਿੱਚ ਯਾਰ ਬੀਟਰੂਟ ਅਤੇ ਔਰੇਂਜ ਦਾ ਕੁਛ ਪਤਾ ਨਹੀਂ ਕੀ ਹੈ ਗ੍ਰਿਲਡ ਕੀਤਾ ਹੋਇਆ, ਇੱਕ ਟੋਫੂ ਗ੍ਰਿਲਡ ਸੀਗਾ, ਪਤਾ ਨਹੀਂ। ਕਰਦਾ ਹੁਣ ਔਡਰ। ਤਾਂ ਵੀ ਉੱਧਰ ਨਵਨਕੁਰ ਬਾਈ ਦਾ ਆ ਗਿਆ, ਟਮੈਟੋ ਸੈਲ ਟਮੈਟੋ ਸੂਪ। ਅੱਛਾ ਲੱਗ ਰਿਹਾ ਨਾ, ਮੈਂ ਆਹ ਸੈਲਡ ਮੰਗਵਾਇਆ ਸੀਗਾ, ਸੈਲਡ ਖਾ ਲੈਂਦੇ ਹਾਂ। ਮੇਨ ਕੋਰਸ ਤਾਂ ਹਾਲੇ ਮੈਨੂੰ ਲੱਗਦਾ ਟਾਈਮ ਲਾਊਗਾ ਬਾਈ। ਬਹੁਤ ਹੀ ਕੰਮ ਦੀ ਆ, ਬਹੁਤ ਹੀ ਘੱਟ ਦਿੱਤਾ ਬਾਈ। ਹਾਂ ਵੈਸੇ ਮੰਗਾ ਤਾਂ ਕਿੰਨੇ ਵਾਰੀ ਵੀ ਸਕਦੇ ਹੈ ਨਾ, ਪਰ ਕਿਹੜਾ ਵਾਰ ਵਾਰ ਮੰਗਾਊਗਾ, ਇੱਕੋ ਵਾਰੀ ਖਾ ਕੇ ਕੰਮ ਖਤਮ ਕਰੋ। ਮੇਨ ਕੋਰਸ ਦੇਖਣਾ ਬਈ, ਬੀਟਰੂਟ ਦਾ ਇੱਕੋ ਹੀ ਮੇਨ ਕੋਰਸ ਆ ਬਸ, ਬੀਟਰੂਟ ਅਤੇ ਔਰੇਂਜ ਪਤਾ ਨਹੀਂ ਕੀ ਚੀਜ਼ ਹੈ। ਅੱਛਾ ਸੋ ਬਈ ਮੈਨੂੰ ਨਹੀਂ ਪਤਾ ਕਿੱਦਾਂ ਆਹ ਸਟੀਲ ਦੇ ਕਿ ਲੋਹੇ ਦੇ, ਚਾਹ ਸਟੇਨਲੈਸ ਸਟੀਲ ਹੋਊਗਾ ਬਈ। ਆਹ ਮਾਈਕ ਹੈ ਨਾ ਜਿਹੜਾ ਦੇਖਿਓ, ਇੱਥੇ ਆਹ ਚੁੰਬਕ ਹੈ ਅਤੇ ਉਹਦੇ ਉਹ ਤੇਰੀ ਨੂੰ ਚਿਪਕ ਗਿਆ ਬਈ। ਬਈ ਮੈਂ ਤਾਂ ਪਹਿਲੀ ਵਾਰ ਦੇਖਿਆ ਇਹ, ਮੇਰੇ ਹਿਸਾਬ ਨਾਲ ਤਾਂ ਸਟੀਲ 'ਤੇ ਸ਼ਾਇਦ ਨਹੀਂ ਚਿਪਕਦਾ ਹੁੰਦਾ, ਪਰ ਸ਼ਾਇਦ ਸਟੇਨਲੈਸ ਸਟੀਲ ਦੇ ਵਿੱਚ ਆਇਰਨ ਹੁੰਦਾ, ਉਹਦੇ ਕਰਕੇ ਬਈ ਇਹ ਜਿਹੜਾ ਚੁੰਬਕ ਹੈ ਇਹਨੂੰ ਫੜ ਰਿਹਾ। ਮੈਂ ਕਿਹਾ ਪਤੰਦਰਾਂ ਨੇ ਸਟੀਲ ਦੇ ਉੱਤੇ ਲੋਹੇ ਦੇ ਉੱਤੇ ਸਟੀਲ ਦਾ ਪੋਲਿਸ਼ ਕਰਕੇ ਦੇ ਦਿੱਤੇ। ਆਪਦੇ ਘਰੇ ਭਾਂਡੇ ਚੈੱਕ ਕਰ ਲਿਓ, ਉਹਨਾਂ 'ਚ ਚਿਪਕੂ ਆਣੀ, ਪਰ ਜਿਹੜੇ ਸਟੇਨਲੈਸ ਸਟੀਲ ਹੁੰਦਾ ਸ਼ਾਇਦ ਉਹਦੇ 'ਤੇ ਬਈ ਆਇਰਨ ਜਿਹੜਾ ਉਹਨੂੰ ਚੁੰਬਕ ਜਿਹੜਾ ਨਾ ਉਹ ਫੜ ਲੈਂਦਾ ਹੋਵੇ, ਪਰ ਨੋਰਮਲੀ ਬਈ ਚੁੰਬਕ ਜਿਹੜਾ ਆਮ ਸਧਾਰਨ ਸਟੀਲ ਹੁੰਦਾ ਉਹ 'ਤੇ ਨਹੀਂ ਉਹਨੂੰ ਖਿੱਚਦਾ ਬਈ, ਨਹੀਂ ਚਿਪਦਾ ਉਹ 'ਤੇ। ਖਾਣਾ ਹਾਲੇ ਮੈਂ ਖਾ ਰਿਹਾ ਸੀਗਾ ਅਤੇ ਮੈਂ ਕਿਹਾ ਤੁਹਾਨੂੰ ਇੱਕ ਹੋਰ ਮੈਂ ਚੀਜ਼ ਦਿਖਾ ਰਿਹਾ ਬਈ, ਜਿਵੇਂ ਉਛਵਾਇਆ ਜਿਹੜਾ ਨਾ ਉਹ ਦੇਖੋ ਯਾਰ, ਓਏ ਹੋਏ ਕਿੰਨਾ ਪਿਆਰਾ ਲੱਗ ਰਿਹਾ ਬਈ। ਦਿਨ ਹੁਣ ਛਿਪ ਰਿਹਾ, ਉਹ ਇੱਕ ਛੋਟਾ ਜਿਹਾ ਪਿੰਡ ਦੇਖ ਰਿਹਾ, ਇਹ ਤਾਂ ਅਲੱਗ ਹੋ ਗਿਆ, ਥੋੜ੍ਹਾ ਜਿਹਾ ਪਿੱਛੇ ਰਹਿ ਗਿਆ, ਮਤਲਬ ਇੱਧਰ ਨੂੰ ਆਇਆ ਬਈ, ਅੰਟਾਰਟਿਕਾ ਇੱਧਰ ਹੀ ਰਹਿ ਗਿਆ ਸਾਰਾ। ਅਤੇ ਉਹ ਜਿਹੜਾ ਦੇਖ ਰਿਹਾ ਬਈ ਪੋਰਟੋ ਵਿਲੀਅਮਸ ਹੈ, ਵਿਲੀਅਮਸ ਹੈ, ਇਸ ਟਾਈਮ ਮੈਂ ਚਿੱਲੀ ਦੇ ਵਿੱਚ ਹਾਂ ਬਈ। ਪੋਰਟੋ ਵਿਲੀਅਮਸ ਜਿਹੜਾ ਹੈਗਾ ਉਹ ਦੁਨੀਆ ਦਾ ਆਖਰੀ ਪਿੰਡ ਹੈ, ਉਛਵਾਇਆ ਦੁਨੀਆ ਦਾ ਆਖਰੀ ਸ਼ਹਿਰ ਹੈ। ਜਿਵੇਂ ਮੈਂ ਬਈ ਰਸ਼ੀਆ ਗਿਆ ਸੀਗਾ ਤਾਂ ਉਦੋਂ ਬਹੁਤ ਸਾਰੇ ਲੋਕ ਜਿਵੇਂ ਓਹਮੀਆ, ਮੈਂ ਤਾਂ ਓਹਮੀਆ ਕੌਨ ਵੀ ਖੈਰ ਗਿਆ, ਯਕੁਸਤ ਵੀ ਦੋ ਵਾਰ ਗਿਆ। ਸੋ ਯਕੁਸਤ ਦੁਨੀਆ ਦਾ ਸਭ ਤੋਂ ਠੰਡਾ ਸ਼ਹਿਰ ਹੈ, ਓਹਮੀਆ ਕੌਨ ਦੁਨੀਆ ਦਾ ਸਭ ਤੋਂ ਠੰਡਾ ਪਿੰਡ ਹੈ, ਜਿੱਥੇ -71.2 ਡਿਗਰੀ, ਯਕੁਸ ਦੇ ਵਿੱਚ -64.4 ਡਿਗਰੀ ਰਿਕਾਰਡ ਕੀਤਾ ਗਿਆ। ਉਵੇਂ ਹੀ ਅੰਟਾਰਟਿਕਾ ਦੁਨੀਆ ਦੀ ਸਭ ਤੋਂ ਠੰਡੀ ਥਾਂ ਹੈ, ਜਿੱਥੇ ਕੋਈ ਰਹਿੰਦਾ ਨਹੀਂ ਲੇਕਿਨ ਸਭ ਤੋਂ ਘੱਟ ਟੈਂਪਰੇਚਰ ਰਿਕਾਰਡ ਕੀਤਾ ਗਿਆ। ਸੇਮ ਉਵੇਂ ਹੀ ਉਛਵਾਇਆ ਦੁਨੀਆ ਦਾ ਆਖਰੀ ਸ਼ਹਿਰ ਹੈ ਅਤੇ ਪੋਰਟੋ ਵਿਲੀਅਮਸ ਦੁਨੀਆ ਦਾ ਆਖਰੀ ਪਿੰਡ ਹੈ, ਸਾਊਥ ਵਾਲੇ ਪਾਸਿਓਂ, ਕਿ ਉਸ ਤੋਂ ਬਾਅਦ ਕੋਈ ਪਿੰਡ ਨਹੀਂ ਹੈ ਅਤੇ ਫਿਰ ਸਿੱਧਾ ਅੰਟਾਰਟਿਕਾ ਹੀ ਹੈ। ਉਹ ਰਿਹਾ ਬਈ ਉਹ ਪਿੰਡ ਜਿਹੜਾ ਸਾਹਮਣੇ ਦੇਖ ਰਿਹਾ, ਇਸ ਟਾਈਮ ਮੈਂ ਚਿੱਲੇ ਦੇ ਵਿੱਚ ਹਾਂ, ਚਿੱਲੇ ਕਹੋਗੇ, ਚਿੱਲੀ ਕਹੋਗੇ ਤੁਸੀਂ, ਚਿੱਲੇ ਦੇ ਵਿੱਚ ਹਾਂ ਇਸ ਟਾਈਮ ਮੈਂ। ਔਰ ਨੈਟਵਰਕ ਵੀ ਮੇਰੇ ਫੋਨ ਨੇ ਬਈ ਏਅਰਟੈੱਲ ਦਾ ਆ ਗਿਆ ਮੈਸੇਜ ਕਿ ਵੈਲਕਮ ਟੂ ਚਿੱਲੇ, ਇਹ ਹਰ ਥਾਂ 'ਤੇ ਆ ਹੀ ਜਾਂਦਾ ਪਤੰਦਰ। ਅਤੇ ਉਹ ਦੇਖ ਰਿਹਾ ਬਈ ਸਾਹਮਣੇ ਪੋਰਟੋ ਵਿਲੀਅਮਸ। ਪਿੱਛੇ ਦਾ ਨਜ਼ਾਰਾ ਬਈ ਬੜਾ ਸ਼ਾਨਦਾਰ ਹੈ, ਦੇਖਿਓ ਇੱਦਾਂ ਚੱਲਦੇ ਜਾ ਰਿਹਾ। ਬਸ ਹੁਣ ਹੌਲੀ ਹੌਲੀ ਆਪਾਂ ਇਹ ਪਹਾੜਾਂ ਤੋਂ ਦੂਰ ਹੁੰਦੇ ਜਾਵਾਂਗੇ। ਆਪਾਂ ਇਸ ਟਾਈਮ ਦੋਨੇ ਪਹਾੜਾਂ ਦੇ ਵਿਚਾਲੇ ਚੱਲ ਰਹੇ, ਦੇਖੋ ਉੱਧਰ ਵੀ ਪਹਾੜ ਹੈ, ਉੱਧਰ ਵੀ ਪਹਾੜ ਹੈ, ਵਿਚਾਲੇ ਸਮੁੰਦਰ ਹੈ ਬਈ, ਕਾਫੀ ਲੰਮਾ ਹੈ ਇਹ, ਦੇਖਣ ਨੂੰ ਇੱਦਾਂ ਲੱਗ ਰਿਹਾ ਨੇੜੇ ਨੇੜੇ ਪਰ ਬਹੁਤ ਦੂਰ ਹੈ ਇਹ। ਅਤੇ ਬਸ ਇਹ ਚੱਲਦੇ ਜਾ ਰਹੇ ਆਪਾਂ, ਥੋੜ੍ਹੀ ਦੇਰ ਤੱਕ ਬਈ ਇਹ ਪਹਾੜ ਆਪਾਂ ਨੂੰ ਬਹੁਤ ਦੂਰ ਦੂਰ ਨਜ਼ਰ ਆਉਣ ਲੱਗ ਜਾਣਗੇ, ਹੁਣ ਵੀ ਬਹੁਤ ਘੱਟ ਨਜ਼ਰ ਆ ਰਿਹਾ। ਅਤੇ ਉਸ ਤੋਂ ਬਾਅਦ ਬਈ ਆਪਾਂ ਸਾਊਥ ਓਸ਼ੀਅਨ ਵਾਲੇ ਪਾਸੇ ਚਲੇ ਜਾਵਾਂਗੇ। ਇੱਧਰ ਹੈ ਵੀ ਰੈਸਟੋਰੈਂਟ, ਸਾਰੇ ਬੈਠੇ ਨੇ, ਚਾਹੋ ਤਾਂ ਤੁਸੀਂ ਇੱਥੇ ਵੀ ਬੈਠ ਸਕਦੇ ਹੋ, ਪਰ ਇੱਥੇ ਠੰਡ ਬਹੁਤ ਜ਼ਿਆਦਾ ਤਾਂ ਕਰਕੇ ਇੱਥੇ ਕੋਈ ਨਹੀਂ ਬੈਠਾ ਹੋਇਆ ਬਈ। ਸ਼ਾਇਦ ਸਵੇਰੇ ਜਦੋਂ ਵਧੀਆ ਧੁੱਪ ਹੁੰਦੀ ਹੋਊਗੀ ਉਦੋਂ ਬੈਠ ਸਕਦੇ। ਚਲੋ ਚੱਲਦੇ ਹਾਂ ਆਪਾਂ ਅੰਦਰ, ਫੂਡ ਵੀ ਆਪਾਂ ਜਿਹੜਾ ਔਡਰ ਕੀਤਾ ਹੋਇਆ ਆਲਮੋਸਟ ਆਉਣ ਵਾਲਾ ਹੀ ਹੋਣਾ ਬਈ। ਇੱਕ ਘੰਟੇ ਬਾਅਦ ਔਡਰ ਆ ਤਾਂ ਗਿਆ, ਆ ਬਈ ਮੇਨ ਕੋਰਸ ਇੰਨਾ ਕੁ ਜ਼ਿਆਦਾ, ਇੱਕ ਘੰਟਾ ਲਾਤਾ। ਇਹ ਔਰੇਂਜ ਹੈ ਅਤੇ ਨਾਲ ਬੀਟਰੂਟ ਹੈ, ਥੋੜ੍ਹੇ ਛੋਟੇ ਛੋਟੇ ਟਮਾਟਰ ਨੇ। ਆਹ ਬਾਈ ਚਿੱਲੀ ਫਲੇਕਸ ਫੜਾ ਗਿਆ, ਚਿੱਲੀ ਹੀ ਫੜਾ ਗਿਆ, ਫਲੇਕਸ ਤਾਂ ਕੀ ਆ। ਆਹ ਨਾਲ ਕਿਸੇ ਤਰ੍ਹਾਂ ਦੀ ਸੌਸ ਫੜਾ ਗਿਆ ਬਾਈ। ਅਤੇ ਇੱਕ ਮੈਂ ਫਰਾਈਜ਼ ਔਡਰ ਕਰਤੇ ਸੀ ਨਵਨਕੁਰ ਬਾਈ ਦਾ, ਪਾਸਤਾ ਬਾਈ, ਆਹ ਪਾਸਤਾ ਦੇ ਗਿਆ ਬਾਈ, ਦੈਟਸ ਇਟ। ਯਾਰ ਇਹ ਚੀਜ਼ ਹੁੰਦੀ ਹੈ ਕਿ ਮਤਲਬ ਭਰ ਕੇ ਦਿਓ ਯਾਰ, ਜੋ ਵੀ ਦੇਣਾ, ਇਹਨੇ ਨਾਲ ਤਾਂ ਕੁਛ ਬਣਨਾ ਹੀ ਨਹੀਂ ਯਾਰ। ਵਾਰ ਵਾਰ ਔਡਰ ਕਰਨ 'ਚ ਤਾਂ ਮਤਲਬ
ਦੇਣੀ ਲੰਘ ਜੂਗਾ ਸਾਰਾ ਸਾਰੀ ਰਾਤ ਹੀ ਲੰਘ ਜੂਗੀ ਕਹਿਣ ਦਾ ਮਤਲਬ ਯਕੀਨ ਮੰਨਿਓ ਆਹ ਫਰਾਈਜ਼ ਆਇਆ ਲਗਭਗ ਡੇਢ ਪੌਣੇ ਦੋ ਘੰਟਿਆਂ ਬਾਅਦ ਅਤੇ ਹੁਣ ਟਮੈਟੋ ਕੈਚਅਪ ਲੈਣ ਗਿਆ ਬਾਈ ਔਰ ਮੈਨੂੰ ਲੱਗਦਾ ਹੁਣ ਟਮਾਟਰ ਮੰਗਾਊਗਾ ਪਹਿਲਾਂ ਪੋਰਟੋ ਵਿਲੀਅਮਸ ਤੋਂ ਅਤੇ ਫਿਰ ਟਮੈਟੋ ਕੈਚਅਪ ਬਣ ਕੇ ਆਊਗੀ ਲੈ ਦੇਣਾ ਅੱਜ ਬਾਈ ਬਹੁਤ ਸਲੋ ਸਰਵਿਸ ਲੱਗ ਰਹੀ ਹਾਲੇ ਤੱਕ ਤਾਂ ਦੋ ਘੰਟੇ ਹੋ ਗਏ ਸਾਨੂੰ ਬੈਠਿਆਂ ਨੂੰ ਹੁਣ ਆਏ ਆ ਪਤਾ ਤਾਂ ਲੋਕ ਹੀ ਇੱਕਦਮ ਜ਼ਿਆਦਾ ਆ ਗਏ ਆ ਗਈ ਆਪਣੀ ਟਮਾਟੋ ਕੈਚਅਪ ਆ ਮੈਨੀਜ਼ ਹੋਊਗੀ ਆਹ ਪਤਾ ਨਹੀਂ ਕਿਹੜੀ ਹੈ ਯਾਰ ਪਰ ਬੜੀ ਵਧੀਆ ਜੋ ਵੀ ਹੈ ਟਾਣੇ ਤੋਂ ਬਾਅਦ ਅਨਕੁਰ ਬਾਈ ਨੇ ਮੰਗਾਇਆ ਸੀਗਾ ਚੀਜ਼ ਕੇਕ ਆ ਗਿਆ ਇਹਨਾਂ ਦਾ ਦੇਖੋ ਬਾਈ ਸਜਾਵਟ ਜ਼ਿਆਦਾ ਮਾਲ ਘੱਟ ਹੈ ਮੈਂ ਬਾਈ ਫਰੂਟ ਪਲੇਟ ਮੰਗਾਈ ਹੈ ਅਤੇ ਹੌਲੀ ਹੌਲੀ ਰੈਸਟੋਰੈਂਟ ਵੀ ਖਾਲੀ ਹੁੰਦਾ ਜਾ ਰਿਹਾ ਅਤੇ ਆ ਗਈ ਆਪਣੀ ਫਰੂਟ ਪਲੇਟ ਖਾ ਕੇ ਆ ਗਏ ਆਪਾਂ ਰੈਸਟੋਰੈਂਟ ਤੋਂ ਅਤੇ ਹੁਣ ਚੱਲਦੇ ਆਪਾਂ ਆਪਣੇ ਰੂਮ ਵਾਲੇ ਪਾਸੇ ਹਨੇਰਾ ਹੋ ਗਿਆ ਆਲਰੇਡੀ ਕਾਫੀ ਬਾਈ ਉੱਦਾਂ ਸਟਾਫ ਬਹੁਤ ਹੈਲਪਫੁੱਲ ਆ ਬਾਈ ਜਿਹੜਾ ਵੀ ਬੰਦਾ ਮਿਲਦਾ ਲੰਘਦਾ ਬੁਲਾ ਕੇ ਜਾਊਗਾ ਕਿ ਤੁਸੀਂ ਠੀਕ ਹੋ ਵਧੀਆ ਹੋ ਮਤਲਬ ਪੁੱਛੂਗਾ ਕੋਈ ਹੈਲਪ ਦੀ ਲੋੜ ਤਾਂ ਨਹੀਂ ਹਰ ਬੰਦਾ ਜਿਹੜਾ ਵੀ ਸਟਾਫ ਦਾ ਮੈਂਬਰ ਮਿਲ ਰਿਹਾ ਇਹ ਵਧੀਆ ਲੱਗਿਆ ਮੈਨੂੰ ਇਹਨਾਂ ਦਾ ਸਿਸਟਮ ਖੈਰ ਇਹ ਹੁੰਦਾ ਹੀ ਆ ਬਾਈ ਮਤਲਬ ਤੁਸੀਂ ਜਿੰਨੇ ਕੁ ਜ਼ਿਆਦਾ ਪੈਸੇ ਦਿਓਗੇ ਉਨੀ ਕੁ ਜ਼ਿਆਦਾ ਤੁਹਾਨੂੰ ਇੱਜ਼ਤ ਮਿਲਦੀ ਜਾਊਗੀ ਉਹੀ ਚੀਜ਼ ਆ ਪਰ ਹਾਂ ਵਧੀਆ ਲੱਗਿਆ ਚਲੋ ਇਹਨਾਂ ਦਾ ਮਾਹੌਲ ਮੈਨੂੰ ਬਾਕੀ ਹੁਣ ਚੱਲਦੇ ਹਾਂ ਆਪਾਂ ਆਪਣੇ ਰੂਮ ਵਾਲੇ ਪਾਸੇ ਥੋੜ੍ਹੀ ਦੇਰ ਰੈਸਟ ਕਰਦੇ ਹਾਂ ਅਤੇ ਰਾਤ ਨੂੰ ਤਾਂ ਸ਼ਾਇਦ ਕੁਛ ਇੱਦਾਂ ਦਾ ਆਪਾਂ ਨੂੰ ਦਿਖੂਗਾ ਵੀ ਨਹੀਂ ਜੇ ਹੋਊਗਾ ਤਾਂ ਤੁਹਾਨੂੰ ਨਾਲ ਨਾਲ ਜ਼ਰੂਰ ਦਿਖਾਊਂਗਾ ਚੱਲਦੇ ਹਾਂ ਹੁਣ ਰੂਮ 'ਚ 505 ਆਪਣਾ ਬਈ ਉਸ ਤੋਂ ਬਾਅਦ ਸਵੇਰੇ ਆਈਸਬਰਗ ਵਗੈਰਾ ਦਿਖਣਗੇ ਉਹ ਦਿਖਾਊਂਗਾ ਅਤੇ ਡਰੇਕ ਪਾਸਿਸ ਦੇ ਵਿੱਚ ਦੀ ਵੀ ਲੰਘਦੇ ਹੀ ਰਵਾਂਗੇ ਆਪਾਂ ਡੇਢ ਦੋ ਦਿਨ ਤੱਕ ਚੱਲੂਗਾ ਉਹ ਕਿਹੜਾ ਇੰਨਾ ਛੋਟਾ ਕਾਰਡ ਪਾਇਆ ਤਾਂ ਹੋਇਆ ਯਾਰ ਪਰ ਆਉਣ ਕਿਉਂ ਨਹੀਂ ਅਰੇ ਭਾਅ ਜੀ ਹਮ ਗੇਮ ਖੇਲਣਾ ਭੁੱਲ ਗਏ ਨਾ ਉਹ ਹਾਂ ਕੋਈ ਨਹੀਂ ਥੋੜ੍ਹੀ ਦੇਰ ਮੈਂ ਜਾ ਕੇ ਥੋੜ੍ਹੀ ਦੇਰ ਜਾ ਕੇ ਆਪਾਂ ਭਰ ਆਵਾਂਗੇ ਵੀ ਗੇਮ ਵੀ ਖੇਡਾਂਗੇ ਪਰਦੇ ਆਪ ਲਗਾ ਕੇ ਇੱਥੇ ਪਰਦੇ ਅੱਛਾ ਹਾਂ ਮੈਨਿਊ ਰੱਖ ਗਿਆ ਬਈ ਡੇਲੀ ਟਰੈਵਲਰ ਸਾਰਾ ਕੁਛ ਆ ਕੀ ਆ ਬਈ ਬੂਟਸ ਪਾਰਕਾ ਫਿਟਿੰਗ ਬਾਇਓ ਸੀ ਅੱਛਾ ਬੂਟ ਵਗੈਰਾ ਦੇਣਗੇ ਆਪਾਂ ਨੂੰ ਇਹਦੇ ਵਿੱਚ ਹੀ ਬਈ ਮੈਂ ਹੁਣੇ ਵਾਸ਼ਰੂਮ ਤੋਂ ਜਾ ਕੇ ਆਇਆ ਅਤੇ ਅਸੀਂ ਆਹ ਬੰਦ ਕਰ ਰਹੇ ਸੀ ਹੋ ਨਹੀਂ ਰਿਹਾ ਸੀ ਬਈ ਹਿੱਲਣ ਲੱਗ ਗਿਆ ਹਿੱਲ ਰਿਹਾ ਕਾਫੀ ਹੱਦ ਤੱਕ ਮਹਿਸੂਸ ਹੋ ਰਿਹਾ ਨਾ ਬਈ ਉੱਤੇ ਇਹਨਾਂ ਦੇ ਗੱਦੇ ਇੱਦਾਂ ਦੇ ਆ ਦੇਖਿਓ ਮਤਲਬ ਜੇ ਜ਼ਿਆਦਾ ਵੀ ਹਿੱਲਣ ਲੱਗ ਗਿਆ ਇਹ ਤਾਂ ਪਤੰਦਰ ਹੋਰ ਜ਼ਿਆਦਾ ਹਿਲਾਉਂਦਾ ਰਹੂਗਾ ਮਤਲਬ ਬਹੁਤ ਹੀ ਜ਼ਿਆਦਾ ਸਪਰਿੰਗ ਹੀ ਹੈ ਚਲੋ ਸਪਰਿੰਗ ਤਾਂ ਆਉਂਦੇ ਪਰ ਬਹੁਤ ਜ਼ਿਆਦਾ ਹੈ ਮਤਲਬ ਬਾਉਂਸੀ ਜੇ ਗੱਦੇ ਹੈ ਹਿੱਲ ਰਿਹਾ ਬਈ ਬਾਕੀ ਪਤਾ ਨਹੀਂ ਸ਼ਾਇਦ ਰੂਮ ਦੇ ਵਿੱਚ ਹਮੇਸ਼ਾ ਜ਼ਿਆਦਾ ਫੀਲ ਹੁੰਦਾ ਹੁੰਦਾ ਰੈਸਟੋਰੈਂਟ ਵਗੈਰਾ 'ਚ ਤਾਂ ਨਹੀਂ ਹੋ ਰਿਹਾ ਕਈ ਵਾਰ ਇੱਦਾਂ ਦੇਖਿਆ ਵੀ ਰੈਸਟੋਰੈਂਟ ਦੇ ਵਿੱਚ ਇੱਧਰ ਉੱਧਰ ਸਾਰੀਆਂ ਚੀਜ਼ਾਂ ਤੁਹਾਡੀਆਂ ਹਿੱਲ ਹੁੱਲ ਕੇ ਡਿੱਗ ਪੈਂਦੀਆਂ ਬਈ ਪੂਰੇ ਕਬੜ ਕੁਬੜ ਕਈ ਵਾਰ ਹਿੱਲ ਜਾਂਦੇ ਹੁੰਦੇ ਆ ਚਲੋ ਦੇਖਦੇ ਹਾਂ ਕੀ ਬਣਦਾ ਅਰੇ ਰਾਤ ਨੂੰ ਨੀਂਦ ਨਾ ਖਰਾਬ ਕਰਦੇ ਹੈ ਨਾ ਸੁੱਤੇ ਪਿਆ ਤੋਂ ਕਿਤੇ ਹਿੱਲਣ ਲੱਗ ਪਏ ਕੰਮ ਬਾਹਰ ਦਾ ਦੇਖਦੇ ਹਾਂ ਕੀ ਦੇਖਦਾ ਬਿਲਕੁਲ ਹੀ ਹਨੇਰਾ ਦੇਖ ਰਿਹਾ ਇੱਕ ਮਿੰਟ ਨੂੰ ਖੋਲਣਾ ਬਾਈ ਯਾਰ ਉਹ ਲਾਈਟ ਕਿੱਥੇ ਦਿਖ ਰਹੀ ਆ ਦੇਖਣਾ ਲਾਈਟ ਦਿਖ ਰਹੀ ਆ ਬਹੁਤ ਦੂਰ ਕਰੂਜ਼ ਸ਼ਿਪ ਹੈ ਕੀ ਆ ਇੱਧਰ ਦੀ ਲਾਈਟ ਦਿਖ ਰਹੀ ਆ ਵੀ ਇਹ ਵੀ ਸ਼ਾਇਦ ਸ਼ਿਪ ਜਾਂ ਕੁਛ ਚੀਜ਼ ਹੋਊਗੀ ਦੇਖਿਓ ਨਹੀਂ ਬਈ ਪਹਾੜ ਜਾਂ ਪਤਾ ਨਹੀਂ ਕੀ ਦੇਖ ਰਿਹਾ ਮੈਨੂੰ ਤਾਂ ਸਮਝ ਨਹੀਂ ਆ ਰਹੀ ਨਹੀਂ ਬਾਈ ਇਹ ਮੈਂ ਉੱਦਾਂ ਹੀ ਦੇਖ ਰਿਹਾ ਕੈਮਰੇ ਦੇ ਉੱਤੇ ਅੰਦਰੋਂ ਲਾਈਟ ਪੈ ਰਹੀ ਹੈ ਮੈਂ ਕਹਿ ਰਿਹਾ ਕਿਤੇ ਉੱਥੇ ਦੇਖ ਰਹੀ ਹਾਂ ਇਹਦਾ ਕੈਮਰਾ ਬਾਈ ਨਹੀਂ ਉੱਧਰ ਕੋਈ ਲਾਈਟ ਹੋ ਰਿਹਾ ਯਾਰ ਪਤਾ ਨਹੀਂ ਯਾਰ ਉਹ ਵੀ ਕੋਈ ਛਿਪ ਜਾਊ ਪਰ ਬਾਈ ਬਹੁਤ ਹੀ ਡਰਾਵਣਾ ਜਿਹਾ ਲੱਗ ਰਿਹਾ ਪਾਣੀ ਦੇ ਉੱਤੇ ਲਾਈਟਿੰਗ ਪੈ ਰਹੀ ਆ ਉਹ ਦੇਖ ਰਿਹਾ ਬਾਈ ਦੇਖਿਓ ਹੁਣ ਕਰਦੇ ਹਾਂ ਥੋੜ੍ਹੀ ਦੇਰ ਰੈਸਟ ਜੇ ਰਾਤ ਨੂੰ ਨਾ ਹਿੱਲੇ ਤਾਂ ਵਧੀਆ ਨੀਂਦ ਲਵਾਂਗੇ ਉਸ ਤੋਂ ਬਾਅਦ ਸਵੇਰੇ ਉੱਠ ਕੇ ਫਿਰ ਨਜ਼ਾਰਾ ਦੇਖਾਂਗੇ ਕਿਉਂਕਿ ਵੀ ਇਹ ਲੰਘਦਾ ਰਹੂਗਾ ਮੇਰੇ ਹਿਸਾਬ ਨਾਲ ਹੁਣ ਦੇਰ ਹੋ ਗਈ 4-5 ਘੰਟੇ ਹੋ ਗਏ ਡਰੇਕ ਪਾਸੇ ਥੋੜ੍ਹੀ ਦੇਰ ਤੱਕ 1-2 ਘੰਟੇ 'ਚ ਜਾਊਗਾ ਉਸ ਤੋਂ ਬਾਅਦ ਬਈ ਚੱਲਦਾ ਰਹੂਗਾ ਮੇਰੇ ਹਿਸਾਬ ਨਾਲ ਕੱਲ੍ਹ ਦਾ ਸਾਰਾ ਦਿਨ ਅਤੇ ਕੱਲ੍ਹ ਦੀ ਰਾਤ ਰਾਤ ਦੇ 3 ਵੱਜ ਰਹੇ ਆ ਸੌ ਕੇ ਉੱਠਿਆ ਲਹਿਰਾਂ ਦੇਖੋ ਕਿੰਨੀਆਂ ਤੇਜ਼ ਆ ਥੋੜ੍ਹੀਆਂ ਥੋੜ੍ਹੀਆਂ ਦਿਖ ਰਹੀਆਂ ਹੋਣੀਆਂ ਉਹ ਪਾਣੀ ਜਿਵੇਂ ਪੈ ਰਿਹਾ ਦੇਖੋ ਔਰ ਆਵਾਜ਼ ਦੇਖੋ ਕਿੰਨੀ ਜ਼ਿਆਦਾ ਆ ਰਹੀ ਹੈ ਸੁਣਿਆ ਹੁਣ ਮੈਂ ਥੋੜ੍ਹੀ ਦੇਰ ਬੰਦ ਹੋਊਂਗਾ ਬੋਲਣਾ ਤੇਜ਼ ਹੈ ਬਾਈ ਬਹੁਤ ਜ਼ਿਆਦਾ ਹਿੱਲ ਰਿਹਾ ਸੀਗਾ ਔਰ ਇੱਥੇ ਡਰ ਲੱਗਦਾ ਇੱਦਾਂ ਖੜ੍ਹੇ ਹੋ ਕੇ ਬਹੁਤ ਤੇਜ਼ ਲਹਿਰਾਂ ਕਿੰਨੀ ਵਾਰੀ ਤਾਂ ਬਈ ਜਾ ਖੁੱਲ ਗਈ ਰਾਤ ਨੂੰ ਕਿ ਓਏ ਦੇਖੋ ਦੇਖੋ ਕਿੰਨਾ ਹਿੱਲ ਰਿਹਾ ਮੈਂ ਉੱਥੋਂ ਇੱਧਰ ਨੂੰ ਆ ਗਿਆ ਕੁਛ ਨਹੀਂ ਦਿਖ ਰਿਹਾ ਕੈਮਰੇ ਮੇਂ
ਕੈਮਰੇ 'ਚ ਤਾਂ ਨਹੀਂ ਦਿਖ ਰਿਹਾ ਪਰ ਉੱਦਾਂ ਪਤਾ ਤਾਂ ਲੱਗ ਰਿਹਾ। ਆਹ ਚੱਪਲਾਂ ਰੱਖਤੀਆਂ ਮੈਂ ਇੱਥੇ, ਦੇਖੋ ਬਈ ਹੁਣ ਤਾਂ ਜੋ ਲਾਈਟ ਔਨ ਕਰਤੀ, ਬਹੁਤ ਹਿੱਲ ਰਿਹਾ ਪਰ ਪਤਾ ਲੱਗ ਨਹੀਂ ਰਿਹਾ, ਪਤਾ ਨਹੀਂ। ਉਹ ਦੇਖੋ ਆਹ ਪਰਦਾ ਦੇਖੋ, ਕੋਈ ਹਵਾ ਨਹੀਂ ਹੈ ਇੱਥੇ, ਬਾਹਰ ਬੰਦ ਕਰ ਬੰਦ ਆ ਉਹ ਦੇਖੋ। ਆਵਾਜ਼ ਪਤਾ ਨਹੀਂ ਤੁਹਾਨੂੰ ਸੁਣ ਰਹੀ ਹੈ ਕਿ ਨਹੀਂ ਸੁਣ ਰਹੀ ਹੈ, ਚੀਜ਼ਾਂ ਦੀ ਵੀ ਇੱਦਾਂ ਆ ਰਹੀ ਆ ਆਵਾਜ਼, ਕਾਫੀ ਹਿੱਲ ਰਹੀ ਹੈ। ਮਤਲਬ ਇੰਨੀ ਨਹੀਂ ਹਿਲਦੀ ਬਈ ਕੌਡੀਲੀਆ ਵਗੈਰਾ ਜਾਂ ਕੋਈ ਵੱਡੀਆਂ ਕਰੂਜ਼, ਇੰਨੀਆਂ ਨਹੀਂ ਹਿਲਦੀ ਬਈ। ਅਗਲੀ ਸਵੇਰ ਹੋ ਗਈ ਆ, ਦੇਖਿਓ ਬਾਹਰ ਕਿਵੇਂ ਟੇਬਲ ਦੇ ਉੱਤੇ ਪਾਣੀ ਆਇਆ ਹੋਇਆ ਸਾਰਾ, ਇਹ ਸਾਰੀਆਂ ਲਹਿਰਾਂ ਜਿਹੜੀਆਂ ਉੱਠ ਰਹੀਆਂ ਸੀ ਉਹਦੇ ਛੱਟੇ ਆ ਬਈ। ਆ ਕੁਰਸੀਆਂ ਵੀ ਗਿੱਲੀਆਂ ਹੋ ਚੁੱਕੀਆਂ, ਥੱਲੇ ਵੀ ਪਾਣੀ ਆਇਆ, ਤਾਂ ਹੀ ਇਹਨਾਂ ਨੇ ਕੁਰਸੀਆਂ ਬੰਨ ਰੱਖੀਆਂ ਬਈ, ਤਾਂ ਜੋ ਕਿਤੇ ਡਿੱਗੀ ਨਾ ਪੈਣ। ਅਤੇ ਹਾਲਾਂਕਿ ਇਹਨੂੰ ਇਹ ਬਹੁਤ ਘੱਟ ਮੰਨ ਰਹੇ ਆ, ਕਹਿੰਦੇ ਆ ਕਿ 3-4 meter ਦੀਆਂ ਹੀ ਜਿਹੜੀਆਂ ਲਹਿਰਾਂ ਨੇ ਉਹਦੇ ਕਰਕੇ ਘੱਟ ਆ, ਪਰ ਰਾਤ ਨੂੰ ਤਾਂ ਕੋਈ ਜ਼ਿਆਦਾ ਹੀ ਖਤਰਨਾਕ ਲੱਗ ਰਿਹਾ ਸੀ। ਹੁਣ ਦੂਰ ਦੂਰ ਤੱਕ ਕੁਛ ਨਹੀਂ ਦੇਖ ਰਿਹਾ, ਪਰ ਲਹਿਰਾਂ ਤੇਜ਼ ਨੇ ਬਈ, ਇੰਨੀਆਂ ਤੇਜ਼ ਨਹੀਂ ਹੁੰਦੀਆਂ ਆਮ ਸਮੁੰਦਰ ਦੇ ਵਿੱਚ। ਸੋ ਡਰੇਕ ਪਾਸੇ ਆਪਾਂ ਕ੍ਰੋਸ ਕਰ ਰਹੇ ਹਾਂ। ਚਲੋ ਉੱਠੇ ਹਾਂ, ਹਾਲੇ ਸਵੇਰ ਹੋਈ ਆ, ਅਤੇ ਫਿਰ ਥੋੜ੍ਹੀ ਦੇਰ ਤੱਕ ਹੋਰ ਤੁਹਾਨੂੰ ਨਜ਼ਾਰਾ ਦਿਖਾਉਣਾ। ਉੱਥੇ ਦੂਰ ਰੇਨਬੋ ਦਿਖ ਰਹੀ ਸੀਗੀ, ਕਾਫੀ ਜ਼ਿਆਦਾ ਆਵਾਜ਼ਾਂ ਆ ਰਹੀਆਂ ਵੀ ਲਹਿਰਾਂ ਦੀਆਂ, ਲਹਿਰਾਂ ਠੀਕ ਠਾਕ ਤੇਜ਼ ਨੇ, ਏਦਾਂ ਲੱਗਦਾ ਜੇ ਉੱਥੇ ਜਾਵਾਂਗਾ ਤਾਂ ਕਦੇ ਉੱਧਰ ਨੂੰ ਪਲਟ ਹੀ ਨਾ ਜਾਵਾਂ, ਤੇਜ਼ ਆ ਵੀ ਲਹਿਰਾਂ। ਔਰ ਬਾਈ ਇੱਦਾਂ ਕਰਕੇ ਥੋੜ੍ਹੀ ਘਬਰਾਹਟ ਜਿਹੀ ਵੀ ਹੋ ਰਹੀ ਹੈ, ਸੀ ਸਿਕਨੈਸ ਦਾ ਵੀ ਮਤਲਬ ਥੋੜ੍ਹਾ ਖਤਰਾ ਰਹਿੰਦਾ ਹੀ ਆ। ਸਵੇਰ ਦੇ 9 ਵਜੇ ਆ, ਅਤੇ ਬ੍ਰੇਕਫਾਸਟ ਲਈ ਜਾਵਾਂਗੇ, ਉਸ ਤੋਂ ਬਾਅਦ ਇੱਕ ਹੋਰ ਬਰੀਫਿੰਗ ਵਗੈਰਾ। ਪਿੱਛੇ ਨੂੰ ਹੀ ਹੋ ਗਿਆ, ਮੈਂ ਤਾਂ ਬਹੁਤ ਤੇਜ਼ ਲਹਿਰਾਂ ਹੋਈ, ਐਂ ਪਤਾ ਨਹੀਂ ਲੱਗਦੀ ਹੁੰਦੀ ਸਮੁੰਦਰ ਦੇ ਵਿੱਚ ਚੱਲੇ, ਪਰ ਯਾਰ ਇਹ ਸੀਗਲ ਬਹੁਤ ਉੱਡਦੇ ਫਿਰ ਰਹੇ ਨੇ, ਪਰ ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ, ਦੂਰ ਦੂਰ ਤੱਕ ਕੁਛ ਵੀ ਨਹੀਂਗਾ। ਉਹ ਪਾਣੀ ਤਾਂ ਲੱਗਿਆ ਇੱਧਰ, ਦੂਰ ਦੂਰ ਤੱਕ ਕੁਛ ਵੀ ਨਹੀਂਗਾ, ਪਰ ਯਾਰ ਇਹ ਜਿਹੜੇ ਸੀਗਲ ਨੇ ਸੌਂਦੇ ਕਿੱਥੇ ਹੋਣਗੇ ਰਾਤ ਨੂੰ, ਮਤਲਬ ਰਾਤ ਨੂੰ ਕੀ ਪਤਾ ਇਹ ਪਾਣੀ 'ਤੇ, ਮੈਨੂੰ ਲੱਗਦਾ ਯਾਰ ਰਹਿੰਦੇ ਹੋਣਗੇ, ਪਰ ਨਹੀਂ ਯਾਰ ਪਾਣੀ 'ਤੇ ਬੈਠ ਨਹੀਂ ਰਹੇ, ਇਹ ਆਉਂਦੇ ਨੇ ਆਪਦਾ ਕੋਈ ਸ਼ਿਕਾਰ ਲੱਭਦੇ ਨੇ ਇੱਦਾਂ ਨੇੜੇ ਹੋ ਕੇ ਅਤੇ ਫਿਰ ਜਾਂਦੇ ਨੇ, ਪਰ ਜਾਂਦੇ ਕਿੱਥੇ ਹੋਣਗੇ, ਕੁਛ ਵੀ ਨਹੀਂ ਆ ਬਈ ਨੇੜੇ ਤੇੜੇ। ਹੁਣ ਇੱਧਰ ਅੰਟਾਰਟਿਕਾ ਵੀ ਬਹੁਤ ਦੂਰ ਰਹਿ ਗਿਆ, ਅਤੇ ਪਿੱਛੇ ਉਸ਼ੁਆਇਆ ਵੀ ਬਹੁਤ ਦੂਰ ਰਹਿ ਗਿਆ, 15-16 ਘੰਟੇ ਹੋ ਗਏ ਆ ਸ਼ਿਪ ਨੂੰ ਚੱਲਦੇ ਹੋਏ। ਦੇਖਿਓ ਫੜ ਫੜ ਕੇ ਤੁਰਨਾ ਪੈ ਰਿਹਾ ਬਈ, ਕਾਫੀ ਹਿੱਲ ਰਹੀ ਹੈ ਯਾਰ ਇਹ ਦੇਖੋ, ਸਿੱਧਾ ਨਹੀਂ ਤੁਰ ਸਕਦਾ ਬੰਦਾ ਬਈ, ਕਦੇ ਪੈਰ ਇੱਧਰ ਨੂੰ ਰੱਖਿਆ ਜਾਂਦਾ, ਕਦੇ ਇੱਧਰ ਨੂੰ ਰੱਖਿਆ ਜਾਂਦਾ, ਸਮਝ ਨਹੀਂ ਆਉਂਦੀ। ਬੰਦਾ ਸਿੱਧਾ ਤੁਰ ਨਹੀਂ ਸਕਦਾ, ਮੈਨੂੰ ਇਹ ਨਹੀਂ ਸਮਝ ਆਉਂਦੀ ਆ ਬਾਈ ਹਰੀ ਗਲਾਸ ਗਲੂਸ ਲੈ ਕੇ ਇਹ ਕਿਵੇਂ ਸਿੱਧੇ ਤੁਰੇ ਫਿਰਦੇ ਆ। ਚਲੋ ਹੁਣ ਬਹਿੰਦੇ ਹਾਂ ਕਿਤੇ, ਬ੍ਰੇਕਫਾਸਟ ਕਰਦੇ ਹਾਂ ਕੀ ਆ, ਅਤੇ ਫਿਰ ਬਾਹਰ ਦਾ ਨਜ਼ਾਰਾ ਦੇਖਾਂਗੇ। ਬੂਫੇ ਲੱਗਿਆ ਹੋਇਆ, ਕਾਫੀ ਸਾਰੀਆਂ ਚੀਜ਼ਾਂ, ਜੈਮ ਹੈ, ਆਹ ਕੁਛ ਦਲੀਆ ਦੁਲੀਆ ਓਟਸ ਹੋਰ ਚੀਜ਼ਾਂ ਨੇ, ਫਰੂਟਸ ਪਏ ਨੇ, ਕਰੋਸੋ ਹੈ। ਚਲੋ ਦੇਖਦੇ ਹਾਂ ਕੀ ਕੁਛ ਹੈ, ਬ੍ਰੇਕਫਾਸਟ ਲੈ ਲਓ। ਇੱਧਰ ਫਰੂਟਸ ਪਏ ਹੋਏ ਨੇ, ਕੁਛ ਜੂਸ ਲਿਆ ਬਾਈ, ਬਿਲਕੁਲ ਫਰੈਸ਼ ਜੂਸ ਕੱਢ ਰਿਹਾ ਸੀਗਾ, ਅਤੇ ਆਹ ਮੈਂ ਕੁਛ ਫਰੂਟ ਲਿਆ ਬ੍ਰੇਕਫਾਸਟ 'ਚ, ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ, ਦਹੀਂ ਦੋਏ ਮੈਂ ਕਿਹਾ ਬਾਅਦ 'ਚ ਲਵਾਂਗੇ। ਦੇਖੋ ਲਹਿਰਾਂ ਕਿੰਨੀਆਂ ਤੇਜ਼ ਆ ਬਾਈ, ਇੰਨੀਆਂ ਤੇਜ਼ ਨਹੀਂ ਸੀ ਬਈ ਕੌਡੀਲੀਆ ਵਗੈਰਾ 'ਚ, ਰੋਇਲ ਕੈਰੇਬੀਅਨ ਕਰੂਜ਼ ਵਗੈਰਾ ਦੀਆਂ ਇੰਨੀਆਂ ਤੇਜ਼ ਨਹੀਂ ਹੁੰਦੀਆਂ, ਮਤਲਬ ਕੌਡੀਲੀਆ ਨੂੰ ਰੋਇਲ ਕੈਰੇਬੀਅਨ ਕਰੂਜ਼ ਹੀ ਕਹਿ ਸਕਦੇ, ਉਹਨਾਂ ਦੀ ਆ ਉਹ ਇੱਕ ਤਰ੍ਹਾਂ ਦੀ। ਦੇਖਿਓ ਉਹ ਵੀ, ਉਹ ਦੇਖੋ ਭਾਅ ਜੀ ਦੇਖੋ, ਬਰਾਬਰ ਆ ਗਈ ਇਹਦੀ, ਇੱਦਾਂ ਲੱਗਦਾ ਬਿਲਕੁਲ ਹੀ ਲਹਿਰ ਬਰਾਬਰ ਆ ਗਈ। ਆਉਣ ਲੱਗੇ ਅਤੇ ਮੈਂ ਤਾਂ ਕਿਚਨ 'ਚ ਹੀ ਵੜ ਚੱਲਿਆ ਸੀਗਾ, ਕੁਛ ਪਤਾ ਹੀ ਨਹੀਂ ਲੱਗ ਰਿਹਾ, ਹਿਰਲੀ ਇੰਨੀ ਜ਼ਿਆਦਾ ਰਹੀ ਸੀ, ਮਤਲਬ ਮੈਨੂੰ ਤਾਂ ਦਿਖਿਆ ਹੀ ਨਹੀਂ ਕੋਈ, ਮੈਂ ਸਿੱਧਾ ਕਿਚਨ 'ਚ ਹੀ ਵੜ ਗਿਆ ਉਹਨਾਂ ਦੇ। ਹੁਣ ਚੱਲੀਏ ਵੀ, ਪਤਾ ਨਹੀਂ ਕਿਹੜੀ ਬਰੀਫਿੰਗ ਕਿੰਨੇ ਵਜੇ ਆ, ਕੁਛ ਆਈਡੀਆ ਨਹੀਂ, ਇੱਥੋਂ ਵੀ ਲਹਿਰਾਂ ਬਹੁਤ ਤੇਜ਼ ਦਿਖ ਰਹੀਆਂ ਵੀ। ਇਹਨਾਂ ਤੋਂ ਪੁੱਛਦੇ ਹਾਂ ਕਿੰਨੇ ਵਜੇ ਬਰੀਫਿੰਗ। ਰੂਮ 'ਚ ਆ ਗਿਆ, ਇੰਨੀ ਜ਼ਿਆਦਾ ਹਿੱਲ ਰਹੀ ਆ, ਸੀ ਸਿਕਨੈਸ ਟਾਈਪ ਦਾ ਫੀਲ ਹੋ ਰਿਹਾ ਮੈਨੂੰ ਤਾਂ, ਘਬਰਾਹਟ ਜਿਹੀ ਹੋ ਰਹੀ ਹੈ, ਇੱਦਾਂ ਹੋ ਜਾਂਦਾ ਕਈ ਵਾਰ ਸੁੱਤੇ ਪਿਆ ਹੁੰਦਾ, ਖੈਰ ਮੈਨੂੰ ਪਤਾ ਨਹੀਂ ਲੱਗਦਾ, ਮੈਨੂੰ ਵੈਸੇ ਵੀ ਜਦੋਂ ਆਪਾਂ ਕਿਸੇ ਬੱਸ ਜਾਂ ਕਾਰ 'ਚ ਜਾ ਰਹੇ ਹੋਈਏ, ਨੋਰਮਲ 'ਚ ਨਹੀਂ ਮੈਨੂੰ ਹੁੰਦਾ, ਜੇ ਮੈਂ ਬੱਸ ਕਾਰ 'ਚ ਜਾਂਦੇ ਹੋਏ ਮੈਂ ਫੋਨ ਚਲਾ ਲਵਾਂ ਨਾ, ਅਤੇ ਉਦੋਂ ਮੈਨੂੰ ਹੋਣ ਲੱਗ ਜਾਂਦਾ, ਫਿਰ ਮੈਂ ਫੋਨ ਨਹੀਂ ਚਲਾਉਂਦਾ ਜ਼ਿਆਦਾ, ਅਤੇ ਜਾਂ ਫਿਰ ਮੈਂ ਪਹਾੜਾਂ 'ਚ ਜਾ ਰਿਹਾ ਉਦੋਂ ਮੈਨੂੰ ਕਈ ਵਾਰ ਹੋ ਜਾਂਦਾ, ਪਰ ਜੇ ਮੈਂ ਸੌਂ ਜਾਵਾਂ ਅੱਖਾਂ ਬੰਦ ਕਰ ਲਵਾਂ ਓਕੇ ਹੋ ਜਾਂਦਾ, ਇੱਦਾਂ ਹੀ ਹੁਣ ਇਹਦੇ ਵਿੱਚ ਆ, ਥੋੜ੍ਹੀ ਦੇਰ ਇੱਦਾਂ ਲੇਟ ਜਾਵਾਂ ਅੱਖਾਂ ਬੰਦ ਕਰ ਲਵਾਂ ਸਹੀ ਹੋ ਜਾਂਦਾ, ਉੱਦਾਂ ਨਹੀਂ ਹੁੰਦਾ, ਪਰ ਹਾਂ ਹੁਣ ਲੱਗ ਰਿਹਾ ਥੋੜ੍ਹਾ ਥੋੜ੍ਹਾ ਜਿਹਾ ਤੇਜ਼ ਹੁੰਦਾ, ਫਿਰ ਸਾਹ ਜੇ ਵੱਧਦੇ ਆ। ਚਲੋ ਹੁਣ ਥੋੜ੍ਹੀ ਦੇਰ ਪਾਊਂਗਾ, ਬਰੀਫਿੰਗ ਹੈ, ਥੋੜ੍ਹੀ ਦੇਰ ਬਾਅਦ ਬੁਲਾ ਲੈਣਗੇ ਸ਼ਾਇਦ, ਕੋਈ ਸਾਇਰਨ ਸੁਇਰਨ ਵੱਜੂਗਾ। ਥੱਲੋਂ ਲਹਿਰਾਂ ਬਹੁਤ ਤੇਜ਼ ਦਿਖ ਰਹੀਆਂ ਬਈ, ਉੱਤੋਂ ਥੋੜ੍ਹੀਆਂ ਜਿਹੀਆਂ ਘੱਟ ਦਿਖਦੀਆਂ। ਦੇਖੋ ਇੱਥੇ ਤੁਸੀਂ ਟਰੈਕ ਵੀ ਕਰ ਸਕਦੇ ਹੋ ਟੀ ਵੀ ਦੇ ਉੱਤੇ, ਸਾਡਾ ਸ਼ਿਪ ਕਿੱਥੇ ਚੱਲ ਰਿਹਾ, ਬਿਲਕੁਲ ਦੇਖੋ ਡਰੇਕ ਪਾਸਿਸ 'ਤੇ ਜਾ ਰਿਹਾ, ਆਹ ਦੇਖੋ ਡਰੇਕ ਪਾਸਿਸ ਹੈ,
और हुण असीं 57.5 डिग्री ते इस टाइम आए हैं। 54 डिग्री ते हैगा बई उशवाया शहर, क्योंकि वह थोड़ा बहुत घूम के भी आउंदा उदों स्टार्टिंग दे विचों, ते हुण असीं लगभग असीं 64.5 डिग्री तक जावांगे। हुण बई कैमरा चलावांगे, कैमरे ते देखियो तुसीं, चलाओ। लो बई फ्रंट का कैमरा आ गया, तो इतों हम फ्रंट का सारा व्यू देख सकते हैं। कुछ भी नहीं देखता, खैर पानी ही पानी देख रहा, वह सामने दूर दूर बदल देख रहा, होर कुछ भी नहीं देख रहा। हले आके कह लग्या होया ये उत्ते ना, तुम मान लो जिमें कोई भी इतने टिक ला सकता भी थोड़ू आ जो जानवर है सी आता सारे चलो देख ही रहे लाए हुए सीगल्स वगैरह, कोई पेंगुइन थोड़ा देख जाता या वेल देख जाती है तो तुम टिक मारना। इतने एक कुड़ी ने कहा चाइनीज कोई कुड़ी है कि उन्होंने वेल दिख गई है, उन्हें टिक करता भी इतने, पता नहीं उन्होंने दिखी है किदा दिखी है, दिखी होगी शायद, इदा तो झूठता क्यों मारूगी, पर हाँ भी होर किसी को नहीं दिखी। सो पहली वेल उस कुड़ी दिखी है भी उन्हें टिक करता इतने। आ कुछ टाइमिंग लिखे हुए है, मतलब कदों की कुछ सारी कॉन्फ्रेंस वगैरह होनी रही है। हम 1:30 बज गए तो ऑडिटोरियम से जा रहे हैं, तो हूँ बई जिन्हें कैंपिंग करनी है अंटार्कटिका च एक रात बितानी है, कुछ कायाकिंग कुछ भी करना है, तो उन्हों का हूँ मतलब इतने जड़ी है एक ब्रीफिंग होगी, सो वो करने लिए हूँ आप जा रहे हैं। बहुत सारे लोग ऑलरेडी पहुँच चुके हैं तो आप भी पहुँचते हैं। लो भी वह करके आ गए, ब्रीफिंग सी जी और कायाकिंग वगैरह का कुछ समझाया से, कायाकिंग का सीगा तो वह मैं थोड़ा दस दिना यार। एक तो ना बहुत ज़्यादा मैं सी सिकनेस टाइप फील हो रहा, बहुत हिल रही है, वो काफ़ी बंगे जो उन्हें दसे कि $117 की है, 64 जने जा सकते, 4 दिन का टाइम है वैसे तो भी डेली 16 जने जाएंगे। फिर वो बहुत सारिया चीज़ा कहती, वो कहती कायाकिंग के चक्कर थोड़ा अंटार्कटिका उतरना भी रह सकता है, बहुत सारिया चीज़ा छुट सकती हैं। तो मैं क्या चलो फिर लास्ट दिन देखेंगे, आप पहले दिन क्यों करिए बई कि अंटार्कटिका उतरना ही छुट जाए अपना कायाकिंग के चक्कर, कायाकिंग तो बहुत कीती है और कि भी हो सकती है, तो लास्ट दिन आप देखा। फिलहाल हूँ बई जोड़े कपड़े कहते अंटार्कटिका उतरने लिए पाने हैं वो थोड़ू लैके जाने पैणगे, हर एक चीज़ कोई मतलब शूज़ जिमें मेरा परना पग सब कुछ वो वैक्यूम करे, तो वह वैक्यूम कर बाद ही थोड़ा अंटार्कटिका उतरन दिता जाऊगा। सा रूम साफ करके नहीं गया शायद, वो लाना होगा बहर कि बई साफ कर जो बाइक कर रहा, सवेर का ही लग्या यार, बड़ी मेहनत कर रहे साफ सफाई करने, खैर साफ ही पै सू कोई चक्कर नहीं है, पानी वगैरह रख जाए बस। ये देखो यार हर एक चीज़ कहते थोड़ी वैक्यूम होगी उही, और उत्थे बई अंटार्कटिका दे विच जाके तुसी बैठना भी नहीं है, कहते गोडे भी नहीं थले रखने, जोड़े शूज़ आ शायद देंगे बूट्स तो उही पा के जाने हैं, और पेंगुइन जोड़े होणगे उन्हां तों 15 फुट घट्टो घट तुसी दूरी रखनी है, मतलब बहुत ज़्यादा जी ना प्रीकॉशनस लिया जा रही ने। चलो लहरां बहुत तेज़ है बई, और हले कह रहे कि लहरां बिल्कुल भी कुछ नहीं है, तो हले कराती इदा इदा इदा। चलो देखते हम थोड़ी देर तक जाना कपड़े वगैरह लैके, तो फिर उन्होंने तो चैक कराने, चैक नहीं खैर वैक्यूम पता नहीं की करेंगे उत्थे, तो नहीं रखने खैर वापस दे देंगे कि कोई थोड़े को बीज तो नहीं, कुछ थोड़े को इदा की चीज़ तो नहीं, मतलब बहुत सारिया चीज़ा स्कैन करेंगे यार। लैके जा रहे हैं जेडे पा के जाने हैं, तो हम वैक्यूम करवा के आने आप, वैक्यूम कर रहे हैं। भाई ने भाई कहता साफ ही है, थोड़े कोई चक्कर नहीं है वैक्यूम करने, बाकी कहता जे करके दिखा किदा करते हैं वो मैं करके दिखा देना, तुम कहना जो वीडियो लैनी है तो मैं क्या हाँ भाई कर दो, तो मैं भाई ने पूछा मैं भाई मेरी टर्बन है, कहना कोई चक्कर नहीं यार कोई चक्कर नहीं, कोई लोड़ नहीं है वैक्यूम वगैरह करने की, मतलब उत्थे मिट्टी का कोई कतरा तक भी नहीं ले जाने देना चाहते, और बई साफ ही सी मेरी टर्बन का ता करके। तो हूँ आप डैक नंबर 3 से जा रहे हैं, अपनी जी पार्क है इन्होंने जैकेट सानू देनी है, वह बई साढ़े प्राइस के इनकलूड ही है, वह लैन जा रहे हैं। नहीं हाँ हाँ बई इतने बहुत सारिया जैकेट से सारा कुछ है बई, साडा भी साइज वगैरह इतने कित होगा, तो फिर लैने इन्हों तो आ गई है। अच्छा ये सारिया अंदर आके सारे रूम नंबर लिखे हुए हैं, तो साढ़ा 505 है, तो एक ही पई है जैकेट सारे दिया दो पई हैं, ऑनलाइन मैं सबमिट किया साइज आपका, पर चलो जूते भी एक ही पड़े है ना, पर मैंने करा था, चल कोई गल नहीं हूँ दे देंगे, बूट पे है तो जैकेट पई सारिया तोतिया तोतिया बई रखने लिए है ना, लग तो नवी रही है। लो बी पाले एक लाइफ जैकेट आ जैकेट बस ट्राई कर लिया, तो हम चल रहे हैं बस यही सब कुछ आ गया सी अंदर, तो फिर आके मैं मैंने सोना पाया, मेरे हालत बहुत मेरी खराब हो गई सी,
ਕੋਈ ਸੀ ਸਿਕਨੈਸ ਕਰਕੇ ਫਿਰ ਬਈ 3-4 ਘੰਟੇ ਹੋ ਗਏ ਮੈਨੂੰ ਸੁੱਤੇ ਨੂੰ ਅਤੇ ਹੁਣ ਥੋੜ੍ਹਾ ਜਿਹਾ ਸੈਟਿੰਗ ਹੋਈ ਆ ਅਤੇ ਮੈਂ ਸਵੇਰ ਦਾ ਇਸੇ ਡਰ ਕਰਕੇ ਕੁਛ ਖਾਧਾ ਵੀ ਨਹੀਂ ਕਿ ਸੀ ਸਿਕਨੈਸ ਕਰਕੇ ਕਿ ਕੰਮ ਖਰਾਬ ਨਾ ਹੋ ਜਾਵੇ ਅਤੇ ਸਵੇਰੇ ਬਸ ਮੈਂ 2-3 ਫਾੜੀਆਂ ਫਰੂਟ ਦੀਆਂ ਖਾਧੀਆਂ ਸੀ ਦਿਨੇ ਵੀ ਕੁਛ ਵੀ ਨਹੀਂ ਖਾਧਾ ਮੈਂ ਸਾਰਾ ਦਿਨ ਹੁਣ ਸੋਚ ਰਿਹਾ ਡਿਨਰ ਕਰਕੇ ਬਸ ਜਿਵੇਂ ਡਿਨਰ ਕਰੂੰਗਾ ਆ ਕੇ ਪੈਣਾ ਪਊਗਾ ਬਈ ਤਾਂ ਹੀ ਥੋੜ੍ਹੀ ਸੈਟਿੰਗ ਰਹੂਗੀ ਬਈ ਇੱਧਰ ਹੋ ਰਿਹਾ ਸਨਸੈਟ ਦੇਖੋ ਤੁਸੀਂ ਕਿੰਨਾ ਪਿਆਰਾ ਹੋ ਰਿਹਾ ਵਾਹ ਬਈ ਇੰਨਾ ਪਿਆਰਾ ਸਨਸੈਟ ਮੈਂ ਮੋਰੀਟੈਨੀ ਵਾਲੀ ਉਹ ਟ੍ਰੇਨ 'ਚੋਂ ਵੀ ਨਹੀਂ ਦੇਖਿਆ ਸੀ ਅੱਜ ਕਿਉਂਕਿ ਇੱਥੇ ਪਾਣੀ ਦੀ ਰਿਫਲੈਕਸ਼ਨ ਵੀ ਐਂ ਲੱਗ ਰਿਹਾ ਕਿ ਬੱਦਲਾਂ 'ਤੇ ਜਾ ਰਹੀ ਹੈ ਇਹ ਕੀ ਹੈ ਟੈਂਪਰੇਚਰ ਸੋ ਵੀ ਥਰਮਾਮੀਟਰ ਬਾਹਰ ਰੱਖਿਆ ਟੈਂਪਰੇਚਰ ਦੇਖਣ ਲਈ ਕਿ ਟੈਂਪਰੇਚਰ ਹੋ ਰਿਹਾ 4.8 ਡਿਗਰੀ ਟੈਂਪਰੇਚਰ ਹੋ ਰਿਹਾ ਬਈ 4.6 ਘੱਟ ਜਾ ਰਿਹਾ ਥੱਲੇ ਕਿਉਂਕਿ ਹਵਾ ਚੱਲ ਰਹੀ ਹੈ ਬਈ ਇੰਨਾ ਟੈਂਪਰੇਚਰ ਨਹੀਂ ਹੁੰਦਾ ਅੰਟਾਰਟਿਕਾ ਦੇ ਵਿੱਚ ਉਹ ਸਾਊਥ ਪੋਲ ਵਾਲੇ ਪਾਸੇ ਹੁੰਦਾ ਜਿਹੜਾ ਸਾਊਥ ਪੋਲ ਹੈ ਨਾ ਸਾਊਥ ਪੋਲ ਦੇ ਟੈਂਪਰੇਚਰ ਹੁੰਦਾ ਕਿ ਉਹ ਟੈਂਪਰੇਚਰ ਹੋ ਜਾਂਦਾ ਹੋਊਗਾ -60-70-80 ਜਦੋਂ ਮੈਂ ਰਸ਼ੀਆ 'ਚ ਓਈਮੀਆ ਕੌਣ ਗਿਆ ਸੀ ਬਈ ਓਈਮੀਆ ਕੌਣ ਹੀ ਦੁਨੀਆ ਦਾ ਸਭ ਤੋਂ ਠੰਡਾ ਪਿੰਡ ਹੈ ਦੁਨੀਆ ਦੀ ਸਭ ਤੋਂ ਠੰਡਾ ਸ਼ਹਿਰ ਹੀ ਆ ਕੁਸ ਹੈ ਪਰ ਜਿਹੜਾ ਅੰਟਾਰਟਿਕਾ ਦੇ ਵਿੱਚ ਆ ਨਾ ਉੱਥੇ ਤਾਂ ਕੋਈ ਜਾ ਵੀ ਨਹੀਂ ਸਕਦਾ ਉੱਥੇ ਕੋਈ ਨਹੀਂ ਰਹਿੰਦਾ ਉਹ ਵੀ -97-98 ਸ਼ਾਇਦ ਕਹਿੰਦੇ ਆ ਕੋਈ 90 ਕਹਿੰਦਾ ਕੋਈ 92 ਕਹਿੰਦਾ ਹੋਊਗਾ ਅੰਟਾਰਟਿਕਾ ਹੀ ਹੈ ਪਰ ਜਿੱਥੇ ਤੱਕ ਪਹੁੰਚਿਆ ਜਾ ਸਕਦਾ ਜਾਂ ਜਿੱਥੇ ਵੀ ਕਿਤੇ ਸਟੇਸ਼ਨਸ ਨੇ ਉੱਥੇ ਨਹੀਂ ਗਿਆ ਹੋਇਆ ਬਈ ਇੰਨਾ ਟੈਂਪਰੇਚਰ ਸੋ ਇਹ ਚੀਜ਼ ਨੂੰ ਮਤਲਬ ਥੋੜ੍ਹਾ ਜਿਹਾ ਬਹੁਤ ਸਾਰੇ ਲੋਕਾਂ ਨੂੰ ਇਸ ਚੀਜ਼ 'ਤੇ ਇੱਦਾਂ ਯਕੀਨ ਨਹੀਂ ਹੁੰਦਾ ਬਹੁਤ ਸਾਰੇ ਲੋਕ ਕਹਿੰਦੇ ਨਹੀਂ ਬਾਈ ਇੱਦਾਂ ਇੱਦਾਂ ਪਰ ਇੱਦਾਂ ਨਹੀਂ ਹੁੰਦਾ ਇਹ ਸੱਚੀ ਗੱਲ ਹੈ ਹੁਣ ਜਿੱਥੇ ਅਸੀਂ ਜਾਵਾਂਗੇ ਤਾਂ -20-25-30 ਹੁੰਦਾ ਤਾਂ 40 ਵੀ ਜਾਂਦਾ ਹੋਇਆ ਪਰ ਇਹਨਾਂ ਦਿਨਾਂ ਦੇ ਵਿੱਚ ਸ਼ਾਇਦ ਨਹੀਂ ਹੋਊਗਾ ਹੁਣ ਵੈਸੇ ਠੰਡਾ ਹੋ ਰਿਹਾ ਕਿਉਂਕਿ ਹੁਣ ਠੰਡ ਆ ਰਹੀ ਹੈ ਅੰਟਾਰਟਿਕਾ ਦੇ ਵਿੱਚ ਦੇਖੋ ਬਈ ਆ 4.3 'ਤੇ ਆ ਕੇ ਰੁਕ ਗਿਆ ਇਹ ਪਿਆਰਾ ਸਨਸੈਟ ਨਾ ਮਜ਼ਾ ਆ ਰਿਹਾ ਬਈ ਦੇਖ ਕੇ ਆਨੰਦ ਆ ਗਿਆ ਹੁਣ ਚੱਲਦੇ ਹਾਂ ਆਪਾਂ ਡਿਨਰ ਕਰਨ ਉੱਥੇ ਨਹੀਂ ਬੈਠਾ ਹੋਇਆ ਕੋਈ ਵੀ ਉਹ ਜ਼ਿਆਦਾ ਹੀ ਹਿੱਲ ਰਹੀ ਹੈ ਕੋਈ ਲੋਕ ਇੱਧਰ ਨੂੰ ਜਾ ਰਹੇ ਕੋਈ ਇੱਧਰ ਨੂੰ ਅਤੇ ਬਾਈ ਜਿਨ੍ਹਾਂ ਨੇ ਪੀਤੀ ਆ ਉਹਨਾਂ ਨੂੰ ਤਾਂ ਵਿਚਾਰਿਆਂ ਨੂੰ ਬਿਲਕੁਲ ਹੀ ਸਮਝ ਨਹੀਂ ਆ ਰਿਹਾ ਚਲੋ ਹੁਣ ਖਾਈ ਆ ਚੌਲ ਹੈ ਆ ਉੱਤੇ ਕ੍ਰਿਸਪੀ ਆਨੀਅਨ ਹੈ ਆ ਟਮਾਟਰ ਹੈ ਡਿਨਰ ਕਰਕੇ ਆ ਗਏ ਹਾਂ ਅਤੇ ਹੁਣ ਚੱਲਦੇ ਹਾਂ ਬਈ ਇਸ ਵੀਡੀਓ ਨੂੰ ਵੀ ਹੁਣ ਖਤਮ ਕਰਦੇ ਹਾਂ ਇਸੀ ਅੱਜ ਦਾ ਦਿਨ ਡਰੇਕ ਪਾਸਿਸ ਹਾਲੇ ਵੀ ਆਪਾਂ ਡਰੇਕ ਪਾਸਿਸ ਦੇ ਉੱਤੋਂ ਹੀ ਲੰਘ ਰਹੇ ਹਾਂ ਬਈ ਟੋਵਿਨ ਵਨਕੁਰ ਬਾਈ ਨੇ ਮੇਰੇ ਤੋਂ 2 ਘੰਟੇ ਪਹਿਲਾਂ ਲਿਖਤਾ 5:13 ਲਿਖਤਾ ਚਲੋ ਹੁਣ ਦੇਖਦੇ ਹਾਂ ਸਾਡੇ ਦੋਨਾਂ 'ਚ ਉਹ ਜਿੱਤੂਗਾ ਜਿਹੜਾ ਜਿਹਦਾ ਮਤਲਬ ਟਾਈਮ ਦੇ ਨੇੜੇ ਆਈਸਬਰਗ ਹੋਊਗਾ ਮਤਲਬ ਮੰਨ ਲਓ ਜੇ ਦਿਖ ਗਿਆ 8 ਵਜੇ ਤਾਂ ਮੈਂ ਜਿੱਜੂੰਗਾ ਜੇ 6:13 'ਤੇ ਦਿਖਿਆ ਤਾਂ ਟਾਈ ਹੋ ਜੂਗਾ ਜੇ 6:15 'ਤੇ ਦਿਸ ਗਿਆ ਜਾਂ 6:30 ਦਿਸ ਗਿਆ ਤਾਂ ਮੈਂ ਜਿੱਤੂੰਗਾ ਇੱਦਾਂ ਹੋਊਗਾ ਚਲੋ ਇੱਥੇ ਇਹਨਾਂ ਨੇ ਨਾ ਇੱਕ ਛੋਟੀ ਜਿਹੀ ਲਾਇਬ੍ਰੇਰੀ ਵੀ ਬਣਾਈ ਹੋਈ ਹੈ ਅਤੇ ਇੱਥੇ ਕੁਛ ਗੇਮਾਂ ਪਈਆਂ ਹੋਈਆਂ ਨੇ ਅਸੀਂ ਲੁੱਡੋ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ ਆ ਪਿਆਨੋ ਪਿਆ ਹੋਇਆ ਫਿਰ ਥੋੜ੍ਹੀ ਦੇਰ ਉਹ ਲੁੱਡੋ ਖੇਡਾਂਗੇ ਕੀ ਹੈ ਬੈਟਲ ਚ ਪਏ ਮੈਨੂੰ ਤਾਂ ਆਉਂਦੀਆਂ ਵੀ ਨਹੀਂ ਖੇਡਣੀਆਂ ਬਸ ਲੁੱਡੋ ਹੀ ਆਉਂਦੀਆਂ ਮੈਨੂੰ ਤਾਂ ਉਹ ਲੱਭਣੀ ਪੈਣੀ ਆ ਹੈਂ ਨਹੀਂ ਐਸਾ ਕੰਮ ਨਹੀਂ ਕਰਨਾ ਨਹੀਂ ਐਸਾ ਨਹੀਂ ਕਰਨਾ ਲਓ ਵੀ ਅਸੀਂ ਗੇਮ ਕਰਨ ਲੱਗੇ ਹਾਂ ਸਟਾਰਟ ਆ ਕੋਈ ਸ਼ਿਪ ਵਾਲੀ ਆ ਨਵਨਕੁਰ ਬਾਈ ਉੱਥੇ ਬਹਿ ਗਏ ਮੈਂ ਇੱਥੇ ਬਹਿ ਗਿਆ ਇੰਨੀ ਦੂਰੋਂ ਵੀ ਖੇਡੀ ਜਾ ਸਕਦੀ ਆ ਬਈ ਚਲੋ ਖੇਡ ਕੇ ਫਿਰ ਚੱਲਾਂਗੇ ਫਿਰ ਖਤਮ ਕਰਾਂਗੇ ਇਹਨੂੰ ਅਤੇ ਐਂਡ 'ਤੇ ਦੱਸੂਗਾ ਹੁਣ ਕੌਣ ਜਿੱਤਿਆ ਕੌਣ ਨਹੀਂ ਬਈ ਇੱਧਰ ਨਵਨਕੁਰ ਬਾਈ ਜਿੱਤ ਗਏ ਆ ਗੇਮ ਮੈਂ ਹਾਰ ਗਿਆ ਥੋੜ੍ਹਾ ਬਹੁਤ ਹੀ ਫਰਕ ਰਿਹਾ ਸੀਗਾ ਚਲੋ ਜਿੱਤ ਗਏ ਮਤਲਬ ਆਹ ਮਾਰਨੇ ਹੁੰਦੇ ਆ ਨਿਸ਼ਾਨੇ ਸਾਰੇ ਤੁਸੀਂ ਸ਼ਿਪਸ ਦੇ ਉੱਤੇ ਹੈ ਨਾ ਉਹ ਮੇਰੀ ਸਾ ਗਲਤੀ ਹੋ ਮੈਂ ਭੁੱਲ ਗਿਆ ਤਾਂ ਕਰਦਾ ਬਾਈ ਵੀਡੀਓ ਵਧੀਆ ਲੱਗੀ ਹੋਊਗੀ ਜੇਕਰ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਚੰਗਾ ਜੀ ਸਤਿ ਸ਼੍ਰੀ ਅਕਾਲ ਰੱਬ ਰੱਖਾ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ